दूर हो सकते हो इस आवाज तो जी सर हो गई दूर हाँ कोशिश करो जो गल बात करते हो और डिसिप्लिन में रहना सीखो जिंदगी थोड़ी इंटरव्यू हो रही है दुनिया दे आवाज नूं पेश कर रहे हैं साथ प्रॉपर नहीं दे रहे हाँ जी सर हाँ जी हाँ जी कितनी उम्र थोड़ी सर मेरी 26 26 साल दे हो चुके हो एजुकेशन की है सर मैं बीकॉम ऑनर की हुई है थोड़ा डिस्ट्रिक्ट केड़ा है सर मोहाली ਅਸੀਂ ਸਟੋਰੀ ਨੂੰ ਟੈਲੀਕਾਸਟ ਬ੍ਰੌਡਕਾਸਟ ਕਰਨ ਦੀ ਇਜਾਜ਼ਤ ਜਾਣ ਕੇ ਤੁਹਾਡੇ ਕੋਲ ਕੰਸੈਂਟ ਲੈਣੀ ਚਾਹਾਂਗੇ ਉਸ ਤੋਂ ਬਾਅਦ ਇਹ ਸਟੋਰੀ ਜਿਹੜੀ ਪ੍ਰੋਡਕਸ਼ਨ ਡਿਪਾਰਟਮੈਂਟ ਕੋਲ ਪਹੁੰਚ ਜਾਵੇਗੀ ਸੋ ਉਹ ਆਪਣੇ ਤੌਰ ਤਰੀਕੇ ਦੇ ਨਾਲ ਇਹਨੂੰ ਜਿਸ ਤਰ੍ਹਾਂ ਵੀ ਚਾਹੁੰਦੇ ਨੇ ਉਹ ਟੈਲੀਕਾਸਟ ਬ੍ਰੌਡਕਾਸਟ ਕਰਨ ਦੇ ਉਹਨਾਂ ਦੇ ਹੱਕ ਹੁੰਦੇ ਨੇ ਸੋ ਤੁਸੀਂ ਸਾਨੂੰ ਪਰਮਿਸ਼ਨ ਦੇ ਰਹੇ ਹੋ ਜੈਸ ਸਰ ਨੋ ਪਲੀਜ਼ ਹਾਂਜੀ ਸਰ ਆਸ਼ਵ ਤੁਸੀਂ ਕੈਨੇਡਾ ਆਉਣ ਦੀ ਖਾਤਰ ਸ਼ਾਦੀ ਤੁਹਾਨੂੰ ਕਰਨੀ ਪਈ ਜਾਂ ਤੁਸੀਂ ਸ਼ਾਦੀ ਕੀਤੀ ਸਰ ਨਹੀਂ ਕੈਨੇਡਾ ਦੀ ਦਾ ਪਲੈਨਿੰਗ ਵਿਆਹ ਤੋਂ ਬਾਅਦ ਚ ਬਣੀ ਸੀਗੀ ਪਹਿਲਾਂ ਤਾਂ ਅਸੀਂ ਮਤਲਬ ਸਾਡੀ ਲਾਈਨਰ ਜਿਸੀ ਅਸੀਂ ਇੱਥੇ ਇਕੱਠੀ ਪੜ੍ਹਦੇ ਸੀਗੇ ਘੜੂਏ ਕਾਲਜ ਚ ਆਦੇਸ਼ ਕਾਲਜ ਚ ਜੀ ਤੇ ਇਹ ਮਤਲਬ ਮੇਰੀ ਵਾਈਫ ਬੀ ਬੀ ਏ ਕਰ ਰਹੀ ਸੀ ਸਰ 2015 ਦੀ ਗੱਲ ਹੈ ਜੀ ਤੇ ਮੈਂ ਬੀ ਕੌਮ ਕਰ ਰਿਹਾ ਸੀ ਤੇ ਚਲੋ ਫਰੈਂਡ ਸਰਕਲ ਸੀਗਾ ਪਹਿਲਾਂ ਹੌਲੀ ਹੌਲੀ ਚਲੋ ਇਹ ਵੀ ਮੁਸਲਿਮ ਸੀਗੀ ਮਤਲਬ ਮੁਸਲਿਮ ਚ ਅਸੀਂ ਜੱਟ ਆਉਂਦੇ ਹਾਂ ਤੇ ਮੈਂ ਵੀ ਮੁਸਲਿਮਾਨਾ ਚ ਜੱਟ ਆਉਂਦਾ ਹੈ ਤੇ ਚਲੋ ਸਾਡੀ ਗੱਲਬਾਤ ਹੋਈ ਹੌਲੀ ਹੌਲੀ ਗੱਲਬਾਤ ਬਣ ਗਈ ਤੇ ਫਿਰ ਇਹਨਾਂ ਮਤਲਬ ਇੰਨੇ ਪੈਸੇ ਹੈ ਨੀ ਸੀ ਸਰ ਇਹਨਾਂ ਬੀਬੀ ਏ ਛੱਡਤੀ ਸੀਗੀ ਕਿਉਂਕਿ ਇਹ ਬੇਚਾਰੇ ਲੋਨ ਕਰਕੇ ਪੜ੍ਹਦੀ ਸੀਗੀ ਤੇ ਛੱਡੀ ਹੋਈ ਚਲੋ 2017 ਵਿੱਚ ਸਰ ਸਾਡਾ ਵਿਆਹ ਹੋ ਗਿਆ ਸੀ ਇੱਕ ਦੂਸਰੇ ਦੇ ਘਰ ਦੱਸਤਾ ਸੀਗਾ ਤੁਸੀਂ ਕਿੰਨਾ ਸਮਾਂ ਇਕੱਠੇ ਰਹੇ ਵਿਆਹ ਤੋਂ ਪਹਿਲਾਂ ਵਿਆਹ ਤੋਂ ਪਹਿਲਾਂ ਸਰ 2018 November 2015 ਨੂੰ ਸਾਡੀ ਮਤਲਬ ਫਰੈਂਡਸ਼ਿਪ ਹੋ ਗਈ ਸੀਗੀ ਤੁਹਾਨੂੰ ਇਹ ਤਰੀਕੇ ਮੈਂ ਯਾਦ ਹੈ ਸਰ ਮਤਲਬ ਮੈਂ ਇੰਸਟਾ ਤੇ ਇਨ ਰਿਲੇਸ਼ਨਸ਼ਿਪ ਕਰਕੇ ਡੇਟ ਪਾਈ ਹੋਈ ਹੈ ਤੇ ਫੇਸਬੁੱਕ ਤੇ ਵੀ ਡੇਟ ਪਾਈ ਹੋਈ ਹੈ ਵੀ ਅਸੀਂ ਇਹ ਤਰੀਕੇ ਨੂੰ ਸਾਡੀ ਗੱਲਬਾਤ ਹੋਈ ਸੀ ਪ੍ਰਪੋਜ਼ ਕਿਨ ਕੀਤਾ ਪਹਿਲਾਂ ਮੁਸਲਿਮ ਹੈ ਤੇ ਸੰਧੂ ਕਿਵੇਂ ਹੋਇਆ ਮੈਂ ਕਿਹਾ ਫਿਰ ਮੈਂ ਉਹਨੂੰ ਕਿਹਾ ਸੀਗਾ ਮੈਂ ਕਿਹਾ ਵੀ ਹੁੰਦਾ ਏ ਵੀ ਅਸੀਂ ਮੁਸਲਿਮਾਨਾਂ ਦੇ ਜੱਟ ਭਰੇ ਹੀ ਹੁੰਦੇ ਆ ਵੀ ਮੇਰਾ ਢਿੱਲੋਂ ਹੈ ਸਰਨੇਮ ਤੇ ਇਹਨਾਂ ਦਾ ਸੰਧੂ ਹੈ ਤੇ ਫਿਰ ਮੇਰੇ ਵਾਈਫ ਕਹਿੰਦੇ ਵੀ ਤੂੰ ਤੁਸੀਂ ਵੀ ਭਰਿਆਈ ਹੋ ਮੈਂ ਕਿਹਾ ਹਾਂਜੀ ਚਲੋ ਉੱਥੋਂ ਸਾਡੀ ਗੱਲਬਾਤ ਹੋਈ
चलो 20 दिन असीं गल की भी फिर असीं 18 नवंबर 2015 नूं मैं इहनां नूं प्रपोज करता सीगा कि इहनां नूं यस करती सीगी। ਤੁਸੀਂ ਫੇਸਬੁੱਕ ਤੇ ਕੀਤਾ ਪ੍ਰਪੋਜ਼ ਜਾਂ ਤੁਸੀਂ ਕਿਸੇ ਕਾਲਜ ਵਿੱਚ ਬੈਠੇ ਆਪਸ ਵਿੱਚ ਹੀ ਗੱਲਬਾਤ ਕਰ ਰਹੇ ਸੀ ਕੰਟੀਨ ਵਿੱਚ ਬੈਠੇ ਜਾਂ ਫਿਰ ਕੋਈ ਹੋਟਲ ਮੋਟਲ ਰੈਸਟੋਰੈਂਟ 'ਚ ਬੈਠੇ ਸੀ? ਨਹੀਂ ਕਾਲਜ 'ਚ ਹੀ ਬੈਠੇ ਸੀਗੇ ਸਰ, ਪਾਰਕ 'ਚ ਮੈਂ ਉੱਥੇ ਪ੍ਰਪੋਜ਼ ਕੀਤਾ ਸੀ। ਓ ਤੁਸੀਂ ਪੜ੍ਹਨ ਗਏ ਆ ਜਾਂ ਤੁਸੀਂ ਇਹ ਪ੍ਰਪੋਜ਼ ਕਰਨ ਜਾਂਦੇ ਹੋ ਕਾਲਜ 'ਚ? ਟੈਲ ਮੀ ਨਾਓ ਸਰ, ਮਤਲਬ ਲੈਕਚਰ ਫ੍ਰੀ ਸੀਗਾ, ਅਸੀਂ ਬੈਠੇ ਸੀਗੇ ਗੱਲਾਂ ਬਾਤਾਂ ਕਰ ਰਹੇ ਸੀਗੇ ਤੇ ਅਸਾਈਨਮੈਂਟ ਬਣਾ ਰਹੇ ਸੀਗੇ ਬੈਠੇ ਤੇ ਉਦੋਂ ਫਿਰ ਮੈਂ ਕਿਹਾ ਵੀ ਚਲੋ ਆਪਣੀ ਕਾਸਟ ਦਾ ਸੇਮ ਹੀ ਹੈ ਵੀ ਚਲੋ ਆਪਾਂ ਫਿਰ ਵਿਆਹ ਕਰਵਾ ਲਾਂਗੇ, ਜਿਹੜਾ ਆਪਾਂ ਕੋਈ ਮਤਲਬ ਇੰਟਰ ਕਾਸਟ ਸ਼ਾਦੀ ਕਰਵਾ ਰਹੇ ਹਾਂ। ਸੋ ਆਲਮੋਸਟ 7 ਸਾਲ ਜਿਹੜੇ ਹੋ ਚੱਲੇ ਆ ਤੁਹਾਡੀ ਆਪਸ ਵਿੱਚ ਦੋਸਤੀ ਪਈ ਨੂੰ, ਸੋ ਤੁਹਾਡੀ ਸ਼ਾਦੀ ਕਦੋਂ ਹੁੰਦੀ ਆ? ਸ਼ਾਦੀ ਸਰ 30 ਸਪਤੰਬਰ 2017 ਨੂੰ ਹੋਈ ਸੀਗੀ। 30 ਸਪਤੰਬਰ 2017, 2 ਸਾਲ ਬਾਅਦ। ਹਾਂਜੀ ਅਸ਼ਵ, ਟੈਲ ਮੀ ਟਰੂ, ਸੋ ਇਹ 2 ਸਾਲ ਤੁਸੀਂ ਕਿਵੇਂ ਆਪਸ ਵਿੱਚ ਹੀ ਦੂਰ ਦੂਰ ਰਹੇ ਜਾਂ ਫਿਰ ਲਾਗੇ ਵੀ ਹੋਏ ਇੱਕ ਦੂਜੇ ਦੇ? ਮੈਰਿਜ ਤੋਂ ਪਹਿਲਾਂ ਸਰ? ਜੀ ਸਰ ਇਕੱਠੇ ਹੀ ਸੀਗੇ ਅਸੀਂ। ਨੋ, ਮੇਰੇ ਸਵਾਲ ਦਾ ਜਵਾਬ ਦਿਓ ਸਟੇਟ ਫਾਰਵਰਡ। ਮੈਂ ਬਹੁਤ ਕੰਪਲੀਕੇਟਡ ਤੌਰ ਤੇ ਸਵਾਲ ਨੂੰ ਕੰਪਲੀਕੇਟ ਕੀਤਾ, ਮੇਰੇ ਕਹਿਣ ਭਾਵੇ ਕਿ ਤੁਸੀਂ ਰਿਲੇਸ਼ਨ ਵਿਆਹ ਤੋਂ ਪਹਿਲਾਂ ਬਣਾ ਲਿਆ ਸੀ? ਟੈਲ ਮੀ ਟਰੂ। ਹਾਂਜੀ ਸਰ, ਹਾਂਜੀ ਹਾਂਜੀ ਬਣਾ ਲਿਆ ਸੀਗਾ। ਇਹਦੇ ਘਰ ਇਹਨਾਂ ਨੇ ਆਪਣੇ ਘਰ ਦੱਸਤਾ ਸੀਗਾ ਤੇ ਮੇਰੇ ਘਰ ਵੀ ਪਤਾ ਸੀਗਾ ਵੀ ਕਾਸਟ ਦੋਨਾਂ ਦੀ ਸੇਮ ਹੈ ਤੇ ਇਹਨਾਂ ਨੇ ਵਿਆਹ ਕਰਾਉਣਾ ਹੈ ਤੇ ਵਿਆਹ ਤੋਂ ਪਹਿਲਾਂ ਮੈਂ ਵੈਸੇ ਉਹਨਾਂ ਦੇ ਘਰ ਪਤੀ ਸੀਗਾ ਸਭ ਨੂੰ। ਸਵਾਲ ਮੇਰਾ ਜਿਹੜਾ ਸਿਰਫ ਉਸ ਉਹਨਾਂ ਹੀ ਜਵਾਬ ਦੇ ਜਿਹੜੇ ਪੁੱਛ ਰਹੇ ਤੁਹਾਨੂੰ, ਪਲੀਜ਼। ਜੀ ਸਰ, ਤੁਸੀਂ ਬਿਲ ਐਜੂਕੇਟਡ ਹੋ, ਸੋ ਉਸ ਜਿਹੜਾ ਚੀਜ਼ ਪੁੱਛੀ ਜਾਂਦੀ ਉਹ ਜਵਾਬ ਜਾਵੇ। ਤੁਸੀਂ ਵਿਆਹ ਤੋਂ ਪਹਿਲਾਂ, ਤੁਹਾਡਾ ਵਿਆਹ 30 ਸਤੰਬਰ 2017 ਹੁੰਦਾ ਹੈ, ਤੁਹਾਡੀ ਦੋਸਤੀ 18 ਨਵੰਬਰ ਹੁੰਦੀ ਹੈ, ਤੁਸੀਂ ਸਰੀਰਕ ਸੰਬੰਧ ਵਿਆਹ ਤੋਂ ਪਹਿਲਾਂ ਬਣਾ ਲਏ ਹਸਬੈਂਡ ਵਾਈਫ ਵਾਲੇ, ਆਮ ਰਾਈਟ? ਹਾਂਜੀ ਸਰ। ਓਕੇ, 18 ਨਵੰਬਰ ਨੂੰ ਤੁਹਾਡੀ ਪਹਿਲੀ ਆਪਸ ਵਿੱਚ ਮਿਲਣੀ ਆ, ਤਾਂ ਕਿੰਨੇ ਦਿਨਾਂ ਬਾਅਦ ਤੁਸੀਂ ਆਪਸ ਵਿੱਚ ਸੰਬੰਧ ਬਣਾਉਣੇ ਸ਼ੁਰੂ ਕੀਤੇ? ਸੰਬੰਧ ਸਰ ਸੇਮ ਡੇ ਦੋ ਦਿਨਾਂ ਬਾਅਦ? ਨਹੀਂ ਨਹੀਂ ਸਰ, ਸੰਬੰਧ ਦਾ ਮਤਲਬ ਇੰਨਾ ਰਿਲੇਸ਼ਨਸ਼ਿਪ ਤਾਂ ਜੀ 2017 ਵਿਆਹ ਤੋਂ ਬਾਅਦ ਹੀ ਆਏ ਸੀਗੇ, ਪਹਿਲਾਂ ਤਾਂ ਇੱਦਾਂ ਕੋਈ ਉਹ ਨਹੀਂ ਸੀਗਾ ਰੋਲ ਸਾਡੇ 'ਚ, ਵੈਸੇ ਮੇਨ ਬਸ ਫਰੈਂਡਸ਼ਿਪ ਹੀ ਸੀਗੀ, ਗੱਲਬਾਤ ਹੁੰਦੀ ਸੀਗੀ। ਮੈਂ ਤੁਸੀਂ ਰਿਲੇਸ਼ਨ ਨਹੀਂ ਬਣਾਏ? ਨਹੀਂ, ਜਿਹੜਾ ਇੰਨਾ ਫਿਜ਼ੀਕਲ ਰਿਲੇਸ਼ਨ ਹੈ ਉਹ ਤਾਂ ਵਿਆਹ ਤੋਂ ਬਾਅਦ ਹੀ ਸੀਗਾ, ਕੋਈ ਪਹਿਲਾਂ ਨਹੀਂ ਸੀਗਾ ਜੀ। ਯੂ ਸ਼ੋਰ? ਜੀ ਸਰ। ਦੁਬਾਰਾ ਸੋਚ ਲਓ ਫਿਰ ਦੁਬਾਰਾ। ਨਹੀਂ ਨਹੀਂ ਸਰ, ਰਿਲੇਸ਼ਨ ਤਾਂ ਬਾਕੀ ਬਣਾਏ ਆ। ਮੈਂ ਤਾਂ ਲਾਸਟ ਚਾਂਸ ਦੇ ਰਿਹਾ ਕਿ ਤੁਸੀਂ ਟੈਲ ਮੀ ਟਰੂ, ਵਿਆਹ ਤੋਂ ਪਹਿਲਾਂ ਤੁਸੀਂ ਆਪਸ ਵਿੱਚ ਹੀ ਇਕੱਠੇ ਹੋਏ ਦੋਨੇ ਸਰੀਰ, ਤੁਸੀਂ ਆਪਸ ਵਿੱਚ ਹੀ ਰਿਲੇਸ਼ਨ ਬਿਲਟ ਕੀਤੇ, ਜੈਸ ਔਰ ਨੋ, ਹਸਬੈਂਡ ਵਾਈਫ ਵਾਲਾ ਰਿਲੇਸ਼ਨ ਵਿਆਹ ਤੋਂ ਪਹਿਲਾਂ ਬਣਾ ਲਿਆ ਸੀ ਜਾਂ ਨਹੀਂ? ਨਹੀਂ ਸਰ, ਵਿਆਹ ਤੋਂ ਪਹਿਲਾਂ ਕੋਈ ਰਿਲੇਸ਼ਨ ਨਹੀਂ, ਮਤਲਬ ਹਸਬੈਂਡ ਵਾਲਾ ਤਾਂ ਵਿਆਹ ਤੋਂ ਬਾਅਦ ਹੀ ਬਣਾਇਆ ਸੀਗਾ, ਮਤਲਬ ਰਹਿੰਦੇ ਮਤਲਬ ਵਧੀਆ ਸੀਗੇ, ਘੁੰਮਦੇ ਫਿਰਦੇ ਸੀਗੇ, ਘਰ ਆਉਣਾ ਜਾਣਾ ਸਿੱਧਾ ਸੀਗਾ, ਇਹ ਮੇਰੇ ਘਰ ਆ ਜਾਂਦੇ ਸੀ, ਮੈਂ ਇਹਨਾਂ ਦੇ ਘਰ ਚਲੇ ਜਾਂਦਾ ਸੀ। ਸੋ ਇਹ ਤੁਹਾਡੇ ਘਰ ਆਣ ਕੇ ਰਾਤ ਵੀ ਰਹਿੰਦੇ ਸੀਗੇ? ਨਹੀਂ ਨਹੀਂ, ਵਿਆਹ ਤੋਂ ਪਹਿਲਾਂ ਨਹੀਂ ਸੀ ਸਰ ਰਹਿੰਦੇ, ਪਰ ਉਂਝ ਮਿਲ ਲੈਂਦੇ ਸੀ, ਉਂਝ ਆ ਜਾਂਦੇ ਸੀ ਤੁਹਾਡੇ ਘਰ? ਹਾਂਜੀ, ਵੈਸੇ ਮਿਲਣ ਆ ਜਾਂਦੇ ਸੀ। ਸੋ ਇਹਦੇ ਮੰਮੀ ਡੈਡੀ ਘੁੰਮਣ ਸੀ? ਇਹਦੇ ਮਦਰ ਨੂੰ ਪਤਾ ਸੀਗਾ? ਹਾਂਜੀ, ਇਹਦੇ ਫਾਦਰ ਨੂੰ, ਬ੍ਰਦਰ ਨੂੰ, ਸਭ ਨੂੰ ਪਤਾ ਸੀਗਾ। ਵਿਆਹ ਤੋਂ ਪਹਿਲਾਂ ਮੈਂ ਅਸੀਂ ਮਤਲਬ ਇਹਦੇ ਬ੍ਰਦਰ ਦਾ ਬਰਥਡੇ ਸੀਗਾ, ਅਸੀਂ ਚੰਡੀਗੜ੍ਹ ਘੁੰਮਣ ਵੀ ਗਏ ਸੀਗੇ। ਇਹਦੇ ਮਾਂ ਪਿਓ ਨੇ ਤਾਂ ਦੇਖ ਲਿਆ ਸੀ ਪਹਿਲਾਂ? ਹਾਂਜੀ ਸਰ, ਇਹਦੀ ਮਾਸੀ ਨੇ ਵੀ ਦੇਖ ਲਿਆ ਸੀਗਾ ਮੈਨੂੰ। ਇਹਦੀ ਮੰਮੀ ਨੇ ਡੈਡੀ ਨੂੰ ਦੇਖ ਲਿਆ ਸੀ? ਹਾਂਜੀ, ਸਭ ਨੇ ਦੇਖ ਲਿਆ ਸੀਗਾ ਸਰ। ਚੋਰੀ ਚੋਰੀ ਦੇਖਿਆ ਸੀ ਜਾਂ ਮਤਲਬ ਤੁਸੀਂ ਆਪਸ ਵਿੱਚ ਹੀ ਦੱਸ ਦਿੱਤਾ ਕਿ ਅਸੀਂ ਵਿਆਹ ਕਰਾਵਾਂਗੇ? ਕਰ ਤਾਂ ਸਰ ਸਾਰਿਆਂ ਨੂੰ ਪਤਾ ਸੀਗਾ ਵੀ ਵਿਆਹ ਕਰਾਉਣਾ ਇਹਨਾਂ ਨੇ, ਤੇ ਇਹਨਾਂ ਦੇ ਨਾ ਬ੍ਰਦਰ ਦਾ ਬਰਥਡੇ ਸੀਗਾ, ਤੇ ਅਸੀਂ ਇਹ ਚੰਡੀਗੜ੍ਹ ਘੁੰਮਣ ਗਏ ਸੀ। ਇਹਨਾਂ ਮਤਲਬ ਜੋ ਮੇਰੇ ਵਾਈਫ ਦੀ ਕਾਲ ਆਈ ਵੀ ਘੁੰਮਣ ਜਾਣਾ ਹੈ, ਵੀ ਮੰਮੀ ਡੈਡੀ ਕਹਿੰਦੇ ਆ ਵੀ ਤੂੰ ਵੀ ਚੱਲ, ਫਿਰ ਮੈਂ ਖਰੜ ਤੋਂ ਇਹਨਾਂ ਨੇ ਮੈਨੂੰ ਇਹ ਆ ਗਏ ਸੀਗੇ ਉੱਥੋਂ, ਫਿਰ ਪਿੱਕ ਕਰ ਲਿਆ ਸੀ, ਫਿਰ ਅਸੀਂ ਚੰਡੀਗੜ੍ਹ ਘੁੰਮਣ ਗਏ ਸੀ ਸਰ, ਸੈਲੀਬ੍ਰੇਟ ਕੀਤਾ ਸੀ ਬਰਥਡੇ ਮੇਰੇ ਸਾਲਾ ਸਾਹਿਬ ਦਾ। ਓਕੇ, 2015 ਚ 2016 ਚ? ਇਹ ਸਰ 2016 ਦੀ ਗੱਲ ਹੈ। ਓਕੇ, ਉਸ ਤੋਂ ਬਾਅਦ ਤੁਸੀਂ ਘਰ ਆਉਣ ਜਾਣ ਲੱਗ ਪਏ? ਨਥਿੰਗ ਰੋਂਗ। ਹਾਂਜੀ ਸਰ, ਨਹੀਂ ਘਰ ਤੋਂ ਜਾਣ ਲੱਗ ਗਿਆ ਸੀਗਾ। ਸੋ ਤੁਹਾਡੀ ਫਿਰ ਪਹਿਲਾਂ ਮੈਰਿਜ, ਲਵ ਮੈਰਿਜ, ਲਵ ਸੀ, ਦੈਨ ਫਿਰ ਅਰੇਂਜ ਮੈਰਿਜ ਹੋ ਗਈ ਐਕਚੁਅਲੀ। ਤੁਹਾਡੇ ਪੇਰੈਂਟਸ ਵੀ, ਦੂਜੇ ਪੇਰੈਂਟਸ ਵੀ ਆਪਸ ਵਿੱਚ ਹੀ ਤੁਸੀਂ ਸਮਝੌਤਾ ਕਰ ਲਿਆ, ਵਿਆਹ ਕਰਨ ਨੂੰ ਐਗਰੀ ਹੋ ਗਿਆ? ਹਾਂਜੀ ਸਰ। ਮਤਲਬ ਵਿਆਹ ਤੁਸੀਂ ਚੋਰੀ ਨਹੀਂ ਕੀਤਾ, ਵਿਆਹ ਸਾਹਮਣੇ ਕੀਤਾ? ਹਾਂਜੀ ਸਰ, ਵਿਆਹ ਸਾਰਿਆਂ ਸਾਹਮਣੇ ਕੀਤਾ ਜੀ।
ਕਿਉਂਕਿ ਕਾਸਟ ਤਾਂ ਸੇਮ ਹੀ ਸੀ ਸਰ ਕਿੰਨੇ ਕੁ ਲੋਕ ਹੈ ਵਿਆਹ 'ਚ ਵਿਆਹ 'ਚ ਸਰ ਆਪਾਂ ਵੀ ਦੇਖੋ ਮਿਡਲ ਕਲਾਸ ਬੰਦੇ ਸੀਗੇ ਤੇ ਇਹ ਵੀ ਇਹ ਕਾਫੀ ਮਤਲਬ ਜ਼ਿਆਦਾ ਮਿਡਲ ਕਲਾਸ ਸੀਗੇ ਤੇ ਉਹਦੇ ਵਿੱਚ ਹੈਗੇ ਆ ਜੀ 70 ਕੁ ਬੰਦੇ ਸੀਗੇ ਸਾਡੇ ਵਿਆਹ 'ਚ ਮੇਨ ਮੇਨ ਰਿਸ਼ਤੇਦਾਰ ਸਾਡੇ ਮੇਰੇ ਯਾਰ ਦੋਸਤ ਸੀਗੇ ਜੇ ਤੁਸੀਂ ਸ਼ਾਦੀ ਕੀਤੀ ਹੈ ਤੁਸੀਂ ਗੁਰਦੁਆਰਾ ਸਾਹਿਬ ਗਏ ਸੀ ਨਹੀਂ ਸਰ ਸਾਡਾ ਨਿਕਾਹਨਾਮਾ ਹੁੰਦਾ ਹੈ ਮੁਸਲਮਾਨਾਂ ਦਾ ਤੁਹਾਡੀ ਸ਼ਾਦੀ ਹੋ ਜਾਂਦੀ ਹੈ ਸ਼ਾਦੀ ਤੋਂ ਬਾਅਦ ਕਿੰਨਾ ਸਮਾਂ ਵਾਈਫ ਤੁਹਾਡੇ ਘਰ ਰਹਿੰਦੀ ਹੈ ਸਰ ਮੇਰੇ ਘਰ 1.5 ਸਾਲ ਰਹੀ ਹੈ ਜੀ 1.5 ਸਾਲ ਮਤਲਬ 30 ਸਤੰਬਰ ਤੋਂ ਲੈ ਕੇ 30 ਸਤੰਬਰ 2017 ਤੋਂ ਲੈ ਕੇ ਸਰ 13 ਮਾਰਚ 2019 ਤੱਕ ਇਕੱਠੇ ਰਹੇ ਹੈ ਜੀ 13 ਮਾਰਚ 2019 ਤੁਸੀਂ 1.5 ਸਾਲ ਰਹੇ ਹੋ ਇਕੱਠੇ ਜੀ ਸਰ ਤੇ ਜਦੋਂ ਮਤਲਬ ਆਇਲਸ ਕਰਦੀ ਸੀ ਫਿਰ ਮੋਹਾਲੀ ਤੋਂ ਥੋੜਾ ਜਿਹਾ ਅਪ ਡਾਊਨ ਕਰਨਾ ਔਖਾ ਹੋ ਜਾਂਦਾ ਸੀ ਤੇ ਫਿਰ ਅਸੀਂ ਸਰ ਉੱਥੇ ਇਹਨੂੰ ਆਇਲਸ ਕਰਾਈ 4 ਮਹੀਨੇ ਕੈਨੇਡਾ ਵਿੱਚ ਆਈ ਕੈਨੇਡਾ ਸਰ ਉਹਨੂੰ 13 ਮਾਰਚ 2019 ਨੂੰ ਫਲਾਈਟ ਸੀਗੀ ਉਹਨਾਂ ਦੀ ਇੰਡੀਆ ਦਿੱਲੀ ਤੋਂ ਤੁਸੀਂ ਆਪ ਛੱਡਣ ਗਏ ਸੀ ਹਾਂਜੀ ਸਰ ਇਹਦੀ ਫੈਮਿਲੀ ਤੇ ਮੇਰੀ ਫੈਮਿਲੀ 13 ਮਾਰਚ 19 ਤੱਕ ਬਿਲਕੁਲ ਤੁਸੀਂ ਠੀਕ ਠਾਕ ਰਹੇ ਆ ਇੰਡੀਆ 'ਚ ਹਾਂਜੀ ਸਰ ਬਹੁਤ ਪਿਆਰ ਸੀਗਾ ਸਾਡੇ 'ਚ ਤੁਸੀਂ ਕਿੰਨਾ ਪੈਸਾ ਖਰਚ ਕੀਤਾ ਆਈਲੈਟ ਤੇ ਆਈਲੈਟ ਸਰ ਉਹਨੂੰ 3 ਵਾਰ ਆਈਲੈਟਸ ਕਰਵਾਈ ਸੀਗੀ ਮੈਂ 3 ਵਾਰ ਇਹ ਰਿਲੈਕਸ ਸੀ ਕੁੜੀ ਹਾਂਜੀ ਸਰ 2 ਵਾਰ ਤਾਂ ਮਤਲਬ 5.5 ਰਹਿ ਗਏ ਸੀਗੇ ਫਿਰ ਸਾਡੇ ਇੱਕ ਮਤਲਬ ਰਿਸ਼ਤੇਦਾਰ ਹੈ ਉਹਨਾਂ ਨੇ ਦੱਸਿਆ ਸੀਗਾ ਵੀ ਇੱਥੋਂ ਸਾਡੇ ਮੁੰਡੇ ਨੇ ਕੀਤੀ ਤੁਸੀਂ ਇੱਥੇ ਤੁਹਾਡੀ ਏਜ ਕਿੰਨੀ ਹੈ ਤੇ ਇਹਦੀ ਕਿੰਨੀ ਹੈ ਆਪਣੇ ਜਸਪ੍ਰੀਤ ਦੀ ਏਜ ਕਿੰਨੀ ਹੈ ਸਰ ਉਹ ਮੇਤੋਂ 1 ਸਾਲ 1 ਦਿਨ ਛੋਟੀ ਹੈ ਜੀ ਮੈਨੂੰ ਕੀ ਪਤਾ ਕਿ ਤੁਹਾਡੀ ਕਿੰਨੀ ਏਜ ਹੈ ਕਮ ਆਨ ਪਲੀਜ਼ ਮੇਰੀ 26 ਹੈ ਜੀ ਉਹਦੀ 24 ਸਾਈ ਹੋਊਗੀ ਉਹਦਾ 97 ਦਾ ਬਰਥ ਹੈ ਮੇਰਾ 96 ਦਾ ਹੈ ਤੀਜੀ ਵਾਰੀ ਪਾਸ ਹੋਈ ਆ ਆਈਲੈਟ ਦੇ ਵਿੱਚੋਂ ਤੁਸੀਂ ਆਪ ਕਿਉਂ ਨਹੀਂ ਪੜ੍ਹਾਈ ਕੀਤੀ ਮੈਂ ਸਰ ਚਲੋ ਏਦਾਂ ਸੀਗਾ ਵੀ ਇਹ ਹੁਣ ਇੱਕ ਤਾਂ ਲਵ ਮੈਰਿਜ ਸੀਗੀ ਭਰੋਸਾ ਸੀਗਾ ਵੀ ਚਲੋ ਕਾਸਟ ਦੀ ਵੀ ਕੁੜੀ ਇੱਕ ਤਾਂ ਗਰੀਬ ਘਰ ਚੋਂ ਨੇ ਇਹ ਵੀ ਤੇ ਮੈਂ ਵੀ ਬੈਟਰ ਬਟ ਮਾਈ ਮੇਰਾ ਕੁਐਸਚਨ ਇਜ਼ ਨਾਟ ਦੈਟ ਤੁਸੀਂ ਬੇਟਾ ਆਪ ਕਿਉਂ ਜਿਹੜੇ ਇਹਨੇ ਪੈਸੇ ਬਰਬਾਦ ਕੀਤੇ ਆ ਉਹਨੂੰ ਪੜ੍ਹਾਇਆ ਤੇ ਤੁਸੀਂ ਆਪ ਕਿਉਂ ਨਹੀਂ ਪੜ੍ਹੇ ਸਰ ਘਰ ਦਾ ਖਰਚਾ ਮੇਰੇ ਸਿਰ ਤੇ ਚੱਲਦਾ ਸੀਗਾ ਜੀ ਨਹੀਂ ਘਰ ਦਾ ਖਰਚਾ ਵੱਖਰੀ ਗੱਲ ਹੈ ਪੜ੍ਹਾਈ ਵੱਖਰੀ ਗੱਲ ਹੈ ਹਾਂਜੀ ਸਰ ਤੇ ਜਿਹੜਾ ਤੁਸੀਂ ਇੰਨਾ ਪੈਸਾ ਖਰਚ ਕੇ ਕਮਾ ਕੇ ਇਹ ਲਾਇਆ ਇਹਦੇ ਉੱਪਰ ਭੇਜਣ ਲਈ ਤੇ ਤੁਸੀਂ ਆਪਣੀ ਮਤਲਬ ਕਾਮਨ ਸੈਂਸ ਤੁਹਾਨੂੰ ਕਿ ਹਾਲਾਤ ਕਿੰਨੇ ਖਰਾਬ ਨੇ ਕਿੰਨੇ ਸਾਲਾਂ ਤੋਂ ਖਰਾਬ ਨੇ ਕੁੜੀਆਂ ਆਣ ਕੇ ਜਵਾਬ ਦੇ ਰਹੀਆਂ ਤੇ ਤੁਹਾਡੇ ਮਨ ਦੇ ਵਿੱਚ ਕਦੇ ਨਹੀਂ ਸੀ ਆਇਆ ਇਹ ਵੀ ਮੈਨੂੰ ਖਰਾਬ ਕਰ ਸਕਦੀ ਆ ਸਰ ਕਦੇ ਸੋਚੀ ਦੀ ਗੱਲ ਭਰੋਸਾ ਹੀ ਆਉਂਦਾ ਸੀਗਾ ਗੁੜੇ ਜਦੋਂ ਉਰੇ ਰਹਿੰਦੀ ਸੀਗੀ ਗੱਲ ਹੋਰ ਸੀ ਜਦੋਂ ਇੱਥੋਂ ਚੱਲ ਜਾਂਦੀਆਂ ਬਾਹਰ ਮੁੱਕਰ ਜਾਂਦੀਆਂ ਇਹ ਪਤਾ ਨਹੀਂ ਸੀ ਇਹਦੇ ਬਾਰੇ ਤੁਹਾਨੂੰ ਨਹੀਂ ਸਰ ਕਿੰਨੇ ਪੈਸੇ ਲੱਗੇ ਤੁਹਾਡੇ ਸਰ ਮੇਰਾ ਟੋਟਲ ਆਈਲੈਟਸ ਤੋਂ ਲੈ ਕੇ ਹੁਣ ਤੱਕ ਦਾ ਖਰਚਾ ਇਹਦੇ ਤੇ 18 ਲੱਖ ਰੁਪਏ ਆ ਗਏ 18 ਲੱਖ ਰੁਪਏ ਤੁਸੀਂ ਕਿੱਥੋਂ ਲਿਆ ਫਿਰ ਕੋਈ ਜ਼ਮੀਨ ਵੇਚੀ ਜਾਂ ਘਰ ਤੁਹਾਡੇ ਕੋਲ ਸੀ ਸਰ ਮੈਂ ਸਰ ਸਾਰੇ ਪੈਸੇ ਵਿਆਜ ਤੇ ਫੜੇ ਹੋਏ ਸੀਗੇ ਤੁਹਾਡੀ ਜ਼ਮੀਨ ਵਗੈਰਾ ਨਹੀਂ ਹੈ ਨਹੀਂ ਸਰ ਸਾਡੇ ਕੋਲ ਜ਼ਮੀਨ ਕੋਈ ਨਹੀਂ ਹੈਗੀ ਦਿਹਾੜੀ ਕਰਦੇ ਹਾਂ ਸਰ 18 ਲੱਖ ਰੁਪਏ ਤੁਸੀਂ ਲੋਨ ਤੇ ਲਿਆ ਆ ਨਹੀਂ ਸਰ ਬਾਕੀ 2-4 ਲੱਖ ਦਾ ਸੀਗਾ ਕੋਲ ਜਦੋਂ ਆਈਲੈਟਸ ਵੀਲੈਟਸ ਕਰਾਈ ਇਹਨੂੰ ਮਾੜਾ ਮੋਟਾ ਜਿਹੜੀ ਬਾਹਰ ਦੀ ਇਹਦੀ ਫੀਸ ਭਰਨੀ ਸੀਗੀ ਜੀ ਆਈ ਸੀ ਉਹ ਫਿਰ ਮੇਰਾ ਸਵਾਲ ਇਹ ਮੈਂ ਜੋ ਪੁੱਛੇ ਤੋਂ ਜਵਾਬ ਦਿਓ ਤੁਸੀਂ ਚਲੋ 14-15 ਲੱਖ ਰੁਪਏ ਲੋਨ ਕਿੱਥੋਂ ਲਿਆ ਹਾਂਜੀ ਸਰ ਵਿਆਜ ਤੋਂ ਲਿੱਤਾ ਹੋਇਆ ਕਿਹਦੇ ਕੋਲ ਲਿਆ ਕਹਿੰਦੇ ਤੁਹਾਨੂੰ ਲੋਨ ਕਾਹਦੇ ਬਦਲੇ ਦਿੱਤਾ ਤੁਹਾਡੀ ਜ਼ਮੀਨ ਉਹਨੂੰ ਗਹਿਣੇ ਰਖਾਈ ਆ ਜਾਂ ਤੁਹਾਡੇ ਘਰ ਲਿਖਾਇਆ ਗਹਿਣੇ ਕਿੱਦਾਂ ਦਿੱਤਾ ਲੋਨ ਤੁਹਾਨੂੰ ਸਰ ਸਾਡੇ ਕੋਲ 1-4 ਵਿਸਵੇ ਦਾ ਛੋਟਾ ਜਿਹਾ ਪਲਾਟ ਸੀਗਾ ਤੇ 1 ਸਾਡੀ ਅੰਦਰ ਵਾਲੀ ਘਰ ਦੀ ਜਗ੍ਹਾ ਹੈ ਉਹਦੇ ਤੇ ਲਿੱਤਾ ਹੋਇਆ ਸੀ ਲੋਨ ਉਹਦੇ ਅਗੇਂਸਟ ਲੋਨ ਤੁਸੀਂ ਹਾਂਜੀ ਸਰ ਇਹ ਬੈਂਕ ਨੇ ਦਿੱਤਾ ਨਹੀਂ ਸਰ ਕਿਸੇ ਤੋਂ ਲਿੱਤਾ ਹੋਇਆ ਹੈ
ਗਹਿਣੇ ਕਰਕੇ ਹਾਂਜੀ ਸਰ ਉਹ ਮਤਲਬ ਕਿੰਨਾ ਵਿਆਜ ਕਿੰਨਾ ਵਿਆਜ ਦਿੰਦੇ ਤੁਸੀਂ ਇਹਦਾ ਇੰਨੀ ਮਤਲਬ ਜਿਹੜੀ ਰਕਮ ਹੈ ਈਵਨ 14 ਲੱਖ ਤੇ ਕਿੰਨਾ ਵਿਆਜ ਦਿੰਦੇ ਆ 4% ਨੂੰ ਦਿੰਦੇ ਆ ਸਰ ਉਹ ਬੋਏ ਸ਼ਾਦੀ ਦਾ ਸਰ 30 ਸਤੰਬਰ 2017 ਨੂੰ ਹੋਈ ਸੀ ਫਲਾਈਟ ਉਹਦੀ 30 ਮਾਰਚ 2019 ਨੂੰ ਸੀਗੀ 30 ਮਾਰਚ 2019 ਕਿੰਨਾ ਸਮਾਂ ਤੁਹਾਡੇ ਨਾਲ ਗੱਲ ਕੀਤਾ ਵਾਈਫ ਨੇ ਵਾਈਫ ਹੁਣ ਕਿਹੜੇ ਸ਼ਹਿਰ ਵਿੱਚ ਆ ਕਿੱਥੇ ਆ ਸਰ ਉਹ ਸਰੀ ਵਿੱਚ ਆਈ ਹੁਣ ਸਰੀ ਵਿੱਚ ਹੀ ਗਈ ਸੀ ਹਾਂਜੀ ਸਰ ਸਰੀ ਵਿੱਚ ਯੂਨੀਵਰਸਿਟੀ ਆਫ ਕੈਨੇਡਾ ਵੈਸਟ ਵਿੱਚ ਭੇਜੀ ਸੀਗੀ ਕਿੰਨਾ ਸਮਾਂ ਗੱਲ ਕੀਤੀ ਆ ਗੱਲ ਸਰ ਹੁਣ 3 ਮਹੀਨੇ ਦਾ ਨੰਬਰ ਬਲੌਕ ਨੇ ਪਹਿਲਾਂ ਗੱਲ ਕਰਦੀ ਰਹੀ ਹੈ ਪਹਿਲਾਂ ਤੁਹਾਡੇ ਨਾਲ ਗੱਲ ਪੂਰੀ ਕਰ ਰਹੀ ਹੈ ਇੰਡੀਆ ਵੀ ਗਈ ਹੈ ਜਾਂਦੀ ਤੁਹਾਨੂੰ ਸਪਾਂਸਰ ਵੀ ਕੀਤਾ ਜਾ ਕੇ ਇੱਕ ਵਾਰੀ ਉਹਨੇ ਇੰਡੀਆ ਨਹੀਂ ਗਈ ਸਰ ਉਹਨੇ ਇੰਡੀਆ ਤਾਂ ਆਈ ਹੋ ਨਹੀਂ ਹੈਗੀ 3.5 ਸਾਲ ਚ ਉਹਨੇ ਹੁਣ ਜੁਲਾਈ ਦੇ ਮਹੀਨੇ ਚ ਸਾਨੂੰ ਕਹਿਤਾ ਸੀਗਾ ਵੀ ਮੈਂ ਨਹੀਂ ਆਉਣਾ ਹੈਗਾ ਜੋ ਲੀਗਲ ਐਕਸ਼ਨ ਲੈਣਾ ਲੈ ਲਓ ਤੁਸੀਂ ਤੇ ਨਾ ਗੱਲ ਕਰਨ ਹਟ ਗਈ ਸੀ ਹਾਂਜੀ ਸਰ ਕਾਰਨ ਕੀ ਕਿ ਸ਼ੀ ਫਾਈਂਡ ਸਮਬਡੀ ਐਲਸ ਇਹਨੂੰ ਕੋਈ ਹੋਰ ਮਿਲ ਗਿਆ ਦੋਸਤ ਇਹਨਾਂ ਨੇ ਸਰ ਮਤਲਬ 3.5 ਸਾਲ ਚ ਨਾਲ ਖੇਲ ਤਾਂ ਬਹੁਤ ਖੇਲੇ ਜਾਣ ਸਾਰੀ ਸਰ ਉਹ ਥੋੜਾ ਚੇਂਜ ਹੋ ਗਈ ਸੀਗੀ ਇੱਥੇ ਜਦੋਂ ਗਈ ਇੱਥੋਂ ਹਾਂਜੀ ਇਹਨੇ ਮਤਲਬ 2019 ਨਵੰਬਰ ਦੀ ਗੱਲ ਹੈ ਸਰ ਇਹ ਜਦੋਂ ਇੱਥੇ ਪੁੱਜੀ ਇਹ ਮੈਨੂੰ ਕਹਿੰਦੀ ਮੈਂ ਚਲੋ ਟ੍ਰੇਨ ਚ ਜਾਂਦੀ ਸੀਗੀ ਵੀਡੀਓ ਕਾਲ ਆ ਜਾਂਦੀ ਸੀਗੀ ਇੱਕ ਦਿਨ ਉਹਦੀ ਵੀਡੀਓ ਕਾਲ ਨਹੀਂ ਆਈ ਇਹਨਾਂ ਵੋਇਸ ਕਾਲ ਕੀਤੀ ਮੈਨੂੰ 10 ਕੁ ਮਿੰਟ ਜਸਪ੍ਰੀਤ ਜੀ ਲਾਈਨ ਉਸ ਤੋਂ ਬਾਅਦ ਅਸ਼ਵਿਨ ਖਾਨ ਲਾ ਰਹੇ ਨੇ ਕਿ ਤੁਸੀਂ ਉਹਨਾਂ ਨਾਲ ਫਰੋਡ ਕੀਤਾ ਪਹਿਲਾਂ ਲਵ ਮੈਰਿਜ ਕੀਤੀ ਤੁਹਾਡਾ ਪਿਆਰ ਸੀ ਇੱਕ ਦੂਜੇ ਨਾਲ ਫਿਰ ਤੁਸੀਂ ਲਵ ਤੋਂ ਅਰੇਂਜ ਸ਼ਾਦੀ ਕੀਤੀ ਕੈਨੇਡਾ ਤੁਹਾਨੂੰ ਭੇਜਿਆ ਉਹਨਾਂ ਨੇ 17-18 ਲੱਖ ਦੇ ਕੇ ਤੁਸੀਂ ਹੁਣ ਜਵਾਬ ਦਿੱਤਾ ਉਹਨਾਂ ਨੂੰ ਇਹ ਕਾਰਨ ਕੀ ਹੈ ਬੇਟਾ ਦੱਸਿਆ ਗਿਆ ਆ ਕਿ ਇਹ ਬੰਦੇ ਕੋਲ ਇਹ ਪ੍ਰੂਫ ਨਹੀਂ ਸੀਗਾ ਲਾਈਕ ਉਹਨਾਂ ਨੇ ਸਾਡੀ ਲਵ ਮੈਰਿਜ ਦੀ ਚੈਟ ਹੁੰਦੀ ਆ ਕੁਛ ਵੀ ਮੰਗਿਆ ਸੀ ਇਹਨਾਂ ਕੋਲ ਹੈ ਨਹੀਂ ਸੀਗਾ ਹਾਂਜੀ ਜੀ ਉਹ ਕਹਿ ਰਹੇ ਹਾਂ ਕਿ ਮੇਰਾ ਲਾਈਕ ਐਡਰੈਸ ਸਰ ਤੁਹਾਨੂੰ ਐਡਰੈਸ ਤੇ ਕੋਈ ਤੁਹਾਨੂੰ ਰਿਫਿਊਜ਼ਲ ਨਹੀਂ ਦੇ ਸਕਦਾ ਜੇ ਮੈਂ ਐਡਰੈਸ ਚੇਂਜ ਕੀਤਾ ਹੁੰਦਾ ਮੈਨੂੰ ਜੋ ਡਾਕੂਮੈਂਟ ਕਹੇ ਆ ਮੈਂ ਭੇਜ ਦਿਆ ਜੇ ਕਹਿ ਰਹੇ ਹਾਂ ਕਿ ਤੇਰੀ ਗਲਤੀ ਰਿਫਿਊਜ਼ਲ ਆਈ ਆ ਕੁਆਇਟ ਪਲੀਜ਼ ਅਸ਼ਵਿਨ ਯੂ ਮਸਟ ਕੁਆਇਟ ਆਈ ਵੁੱਡ ਸੇ ਕਿ ਗੋ ਟੂ ਅੰਬੈਸੀ ਟੈਲ ਅੰਬੈਸੀ ਕਿ ਜਸਪ੍ਰੀਤ ਕੌਰ ਵੱਲੋਂ ਕੋਈ ਗਲਤ ਡਾਕੂਮੈਂਟ ਆਇਆ ਦੈਨ ਮੈਂ ਸਾਰਾ ਬਲੇਮ ਲੈਣ ਲਈ ਤਿਆਰ ਆ ਐਂਡ ਉਹ ਕਹਿ ਰਹੇ ਆ 18 ਲੱਖ ਲਾਇਆ ਮੈਨੂੰ ਪ੍ਰੂਫ ਦੇ ਦੇਣ ਮੈਂ ਇੰਡੀਆ ਤੋਂ ਸਿਰਫ ਇੱਕ ਸਮ ਦੀ ਫੀਸ ਭਰ ਕੇ ਆਈ ਸੀ ਉਹ ਤੋਂ ਬਾਅਦ ਮੈਂ ਕਾਲਜ ਚੇਂਜ ਕੀਤਾ ਸਾਰੀਆਂ ਫੀਸਾਂ ਮੈਂ ਖੁਦ ਮੇਰੇ ਅਕਾਊਂਟ ਚੋਂ ਗਈਆਂ ਸਾਰੀਆਂ ਜੋ ਟ੍ਰਾਂਜੈਕਸ਼ਨ ਹੈਗੀਆਂ ਇਹਨਾਂ ਨੇ ਸਿਰਫ ਮੇਰੀ ਫੀਸ ਭਰੀ ਸੀਗੀ $8,000 ਇੰਡੀਆ ਤੋਂ ਜਿਹਦੇ ਚੋਂ ਕਿ 4 ਲੱਖ ਮੇਰੇ ਘਰਦਿਆਂ ਨੇ ਦਿੱਤਾ ਸੀਗਾ ਮੈਂ ਨੀ ਕਹਿੰਦੀ ਕਿ ਇਹ ਝੂਠ ਬੋਲਣਗੇ ਠੀਕ ਹੈ ਇਹਨਾਂ ਕੋਲ ਪ੍ਰੂਫ ਨੇ ਲੈ ਆਉਣ ਮੇਰੇ ਸਾਹਮਣੇ ਤੇ ਮੈਂ ਮੰਨ ਲੂੰਗੀ ਹਾਂ ਮੈਂ ਗਲਤ ਹਾਂ ਜਸਪ੍ਰੀਤ ਤੁਸੀਂ ਇਹਨੂੰ ਬਲੌਕ ਕਰ ਚੁੱਕੇ ਹੁਣ ਬੇਟਾ
ਫਿਰ ਮੈਂ ਗੱਲ ਕੀ ਕਰਾਂ ਇਹਦੇ ਕਰਦੇ ਮੈਨੂੰ 10 ਮਿੰਟ ਤੱਕ 50-50 ਕਾਲ ਕਰਦੇ ਆ ਮੈਨੂੰ ਥੋੜੇ ਦਿਨ ਪਹਿਲਾਂ ਇਹ 4 ਲੱਖ ਮੰਗਦਾ ਕਦੇ 10 ਲੱਖ ਰੁਪਇਆ ਮੰਗਦਾ ਆ ਮੈਨੂੰ ਬੈਂਕ ਤੋਂ ਤੇ ਮੈਂ ਸਿਰ ਇਹ ਦੋ ਬੰਦੇ ਨਾਲ ਗੱਲ ਨਹੀਂ ਕਰ ਸਕਦੀ बदल गई तुसी 1.5 साल लगभग उस सहुरे घर विच रहे हो तुसी 3 वारी फेल होए हो फिर तुहानू आइलट कराई है आइलट आके तुसी आए हो जो मर्जी करना कर लो मैं नहीं थानू सद रहना और मैं नहीं ना रहना ये ट्रू है ਸਰ ਮੈਂ ਇੱਦਾਂ ਕਿਹਾ ਕਿ ਮੈਂ ਤੈਨੂੰ ਬੁਲਾਉਣਾ ਨਹੀਂ ਹੈਗਾ ਮੈਂ ਕਿਹਾ ਕਿ ਮੈਂ ਤੇਰੇ ਨਾਲ ਨਹੀਂ ਰਹਿ ਸਕਦੀ ਜਿੰਨਾ ਇਹ ਮੈਨੂੰ ਗਲਤ ਬੋਲਦਾ ਨਾ ਗਲਤ ਕਿ ਮੈਂ ਨਹੀਂ ਰਹਿਣਾ ਚਾਹੁੰਦੀ ਇਹਦੇ ਨਾਲ ਇਹ ਬਹੁਤ ਗਲਤ ਬੋਲਦਾ ਆ ਇਹਨੂੰ ਬੋਲਣ ਦੀ ਅਕਲ ਨਹੀਂ ਹੈਗੀ ਇਹਨੂੰ ਪਤਾ ਨਹੀਂ ਕਿ ਇਹਦੀ ਵਾਈਫ ਦੀ ਰਿਸਪੈਕਟ ਵੀ ਨਹੀਂ ਰਹੀ ਆ ਪਰ ਬੇਟੇ ਤੁਸੀਂ ਪਹਿਲਾਂ ਆਪਸ ਵਿੱਚ ਹੀ ਪ੍ਰਪੋਜ਼ਲ ਇਹ ਕੀਤਾ ਤੁਹਾਨੂੰ ਤੁਸੀਂ ਇਕੱਠੇ ਰਹੇ ਹੋ ਤੁਹਾਡੇ ਭਰਾ ਦੇ ਆਪਣੇ ਬਰਥਡੇ ਤੇ ਤੁਸੀਂ ਇਹਨੂੰ ਪੈਕ ਕੀਤਾ ਰਸਤੇ ਵਿੱਚੋਂ ਚੰਡੀਗੜ੍ਹ ਘੁੰਮਣ ਗਏ ਹੋ ਫਿਰ 2 ਸਾਲ ਬਾਅਦ ਤੁਸੀਂ ਤੁਹਾਡੇ ਮਾਂ ਬਾਪ ਨੇ ਤੁਹਾਨੂੰ ਮਿਲਿਆ ਦੇਖਿਆ ਵਿਆਹ ਕੀਤਾ 1.5 ਸਾਲ ਤੁਸੀਂ ਸਹੁਰੇ ਘਰ ਆਏ ਹੋ ਹੁਣ ਇਹ ਐਡੀ ਵੱਡੀ ਪ੍ਰੋਬਲਮ ਆ ਕਿਉਂ ਗਈ ਆ ਸਰ ਮੈਨੂੰ ਇੰਡੀਆ ਹੋਰ ਗੱਲ ਸੀ ਠੀਕ ਆ ਇੰਡੀਆ ਇਕੱਠੇ ਕੋਲ ਰਹਿੰਦੇ ਸੀ ਹੋਰ ਸੀ ਬਟ ਜਦ ਮੈਂ ਦੂਰ ਆਈ ਇਹਨੇ ਇੱਕ ਤਾਂ ਪਹਿਲਾਂ ਇਹਨੂੰ ਬੋਲਣ ਦੀ ਅਕਲ ਨਹੀਂ ਫਿਰ ਇਹ ਮੇਰੇ ਫਰੈਂਡ ਸਰਕਲ ਚ ਕਰ ਕਰਾ ਕੇ ਮੇਰੀ ਬੇਇੱਜ਼ਤੀ ਕਰਵਾ ਰਿਹਾ ਮੈਨੂੰ ਗਲਤ ਬੋਲ ਰਿਹਾ ਆ ਇਹਨੂੰ ਸ਼ੱਕ ਹੈ ਤੁਹਾਡੇ ਤੇ ਮਤਲਬ ਇਹਨੂੰ ਸ਼ੱਕ ਪਈ ਹੋਈ ਹੈ ਸ਼ੱਕ ਆ ਕਦੇ ਕਿਸੇ ਮੁੰਡੇ ਨਾਲ ਮੇਰਾ ਨਾਂ ਜੋੜਦਾ ਕਦੇ ਕਿਸੇ ਨਾਲ ਜੇ ਰਿਲੇਸ਼ਨ ਵਰਕਆਊਟ ਨਹੀਂ ਕਰ ਰਿਹਾ ਤਾਂ ਵਾਈ ਕਿ ਮੈਨੂੰ ਕੋਈ ਤੱਕ ਨਾ ਤੇ ਰੱਖ ਨਹੀਂ ਸਕਦਾ ਦੱਸ ਵੀ ਤੁਸੀਂ ਆਪਣਾ ਕੀ ਮਾਈਂਡ ਕੀ ਬਣਾਇਆ ਹੁਣ ਵੈਸੇ ਮੈਂ ਇਦਾਂ ਕਿਹਾ ਸੀ ਮੈਂ ਕਿਹਾ ਤੂੰ ਆਪਣੀ ਫਾਈਲ ਲਗਾਉਣੀ ਹੈ ਤੈਨੂੰ ਸਿਰਫ ਕਹਿੰਦਾ ਤੱਕ ਮਤਲਬ ਮੈਂ ਰੈਡੀ ਹਾਂ ਤੈਨੂੰ ਡਾਕੂਮੈਂਟ ਮੈਨੂੰ ਉਹ ਡਾਕੂਮੈਂਟ ਭੇਜ ਵੀ ਚੁੱਕੀ ਆ ਮੇਰੇ ਬੈਂਕ ਦੀ ਸਟੇਟਮੈਂਟ ਵਗੈਰਾ ਰਹਿੰਦੀ ਆ ਤੇ ਮੇਰੇ ਮੈਨੇਜਰ ਤੋਂ ਮੇਰਾ ਜੌਬ ਲੈਟਰ ਇਹ 2-3 ਚੀਜ਼ਾਂ ਰਹਿੰਦੀਆਂ ਸੀ ਮੈਂ ਕਿ ਮੈਂ ਤੈਨੂੰ ਭੇਜ ਦਿੰਦੀ ਹਾਂ ਤੂੰ ਫਾਈਲ ਲਗਾ ਲਾ ਕਿ ਮੈਂ ਤੇ ਨਾਲ ਹੀ ਰਹਿਣਾ ਚਾਹੁੰਦੀ ਇੱਧਰ ਹੀ ਨਹੀਂ ਛੱਡ ਦੀ
ओके जसप्रीत होल्ड ऑन 1 सेकंड ਤੁਸੀਂ ਹੁਣ ਗੱਲ ਸੁਣੋਗੇ ਉਹ ਕੀ ਕਹਿਣਾ ਚਾਹੁੰਦੇ ਨੇ ਹਾਂ ਅਸ਼ਵ ਖਾਨ ਤੁਸੀਂ ਤੁਹਾਡੀ ਵਾਈਫ ਕਲੀਅਰ ਦੱਸ ਚੁੱਕੀ ਹੈ ਕਿਹੜੇ ਕਿਹੜੇ ਹਾਲਾਤਾਂ ਵਿੱਚ ਤੁਸੀਂ ਆਪਣੀ ਵਾਈਫ ਦਾ ਸਪੈਂਡ ਕਰਨ ਦਾ ਹਾਂਜੀ ਹਾਂਜੀ ਸਰ ਇਹਨਾਂ 2019 ਨਵੰਬਰ ਦਾ ਮਹੀਨਾ ਸੀਗਾ ਇਹਨਾਂ ਸਰ ਮਤਲਬ ਉਹਦੀ ਵਾਈਫ ਕੋਲ ਆਈ ਇਹਨੇ ਜਾ ਕੇ ਮੈਨੂੰ ਇੱਥੇ ਫੋਟੋ ਭੇਜੀ ਕੰਮ ਤੇ ਕਹਿੰਦੇ ਮੈਂ ਕੰਮ ਤੇ ਪਹੁੰਚ ਗਈ ਮੈਂ ਕਿਹਾ ਠੀਕ ਹੈ ਚਲੋ ਮੈਂ ਸੌਂ ਗਿਆ ਸਰ ਵੀ ਚਲੋ ਕੰਮ ਤੇ ਪਹੁੰਚ ਗਈ ਮੈਂ ਕਿਹਾ ਤੈਨੂੰ ਕੰਮ ਤੇ ਨਿਕਲੋ ਵੀ ਕਾਲ ਕਰ ਲਓ ਮੈਡਮ ਕਹਿੰਦੀ ਠੀਕ ਹੈ ਜੀ ਤੇ ਸਰ ਇਹਨਾਂ ਨੇ ਕੀ ਕੀਤਾ ਤਾਂ ਮੈਨੂੰ ਜਾ ਕੇ ਨੈਟ ਆਫ ਕੀਤਾ ਮੈਂ ਰਾਤ ਨੂੰ ਸੁੱਤਾ ਸੀਗਾ ਮੈਨੂੰ ਇੰਸਟਾਗ੍ਰਾਮ ਤੇ ਇੱਕ ਕਾਲ ਆਈ ਕੁੜੀ ਦੀ ਮੈਨੂੰ ਕਹਿੰਦੀ ਵੀਰੇ ਸਤਿ ਸ਼੍ਰੀ ਅਕਾਲ ਮੈਂ ਕਿਹਾ ਸਤਿ ਸ਼੍ਰੀ ਅਕਾਲ ਭੈਣੇ ਮੈਂ ਕਿਹਾ ਕੌਣ ਕਹਿੰਦੀ ਵੀਰੇ ਮੈਂ ਤੈਨੂੰ ਬਾਅਦ ਚ ਦੱਸਾਂਗੀ ਵੀ ਕੌਣ ਬੋਲ ਰਿਹਾ ਆਹ ਨੰਬਰ ਹੈ ਵੀ ਇਹ ਨੰਬਰ ਤੇ ਫੋਨ ਕਰ ਮੈਂ ਕਿਹਾ ਕਿਉਂ ਕਹਿੰਦੀ ਵੀ ਜਿੱਥੇ ਤੇਰੀ ਵਾਈਫ ਕੰਮ ਕਰਦੀ ਹੈ ਸਾਈਡਮੈਨ ਹੋਟਲ ਚ ਕੰਮ ਕਰਦੀ ਸੀਗੀ ਮੈਂ ਕਿਹਾ ਠੀਕ ਹੈ ਭੈਣੇ ਕਹਿੰਦੀ ਉਹ ਕੰਮ ਤੇ ਨੀ ਪਹੁੰਚੀ ਵੀ ਉਹਨੂੰ ਪਤਾ ਕਰ ਵੀ ਕਿੱਥੇ ਗਈ ਹੈ ਜੀ ਮੈਂ ਕਿਹਾ ਜੀ ਉਹਨੇ ਤਾਂ ਮੈਨੂੰ ਫੋਟੋ ਭੇਜੀ ਹੈ ਹੁਣ ਮੈਂ ਕਿਹਾ ਤੇ ਕੰਮ ਤੇ ਅੱਗੇ ਕਹਿੰਦੀ ਵੀਰੇ ਹੋਲਡ ਰੱਖੋ ਮੈਂ ਇੱਕ ਐਮਰਜੈਂਸੀ ਲੈ ਮੈਂ ਕਾਲ ਇੱਕ ਔਰ ਮੈਂ ਕਮਰਸ਼ੀਅਲ ਲੈਣਾ ਚਾਹੁੰਦਾ ਲਾਈਨ ਨੂੰ ਹੋਲਡ ਰੱਖੋ ਔਰ ਗੱਲਬਾਤ ਤੁਹਾਡੀ ਜਿਹੜੀ ਕੰਟੀਨਿਊ ਹੋਲਡ ਅਸ਼ਵ ਤੁਸੀਂ ਲਾਈਨ ਤੇ ਹੋ ਹਾਂਜੀ ਸਰ ਜਸਪ੍ਰੀਤ ਆਪ ਜੀ ਲਾਈਨ ਤੇ ਹੋ ਹਾਂਜੀ ਗੁੱਡ ਅਸ਼ਵ ਜਦੋਂ ਤੁਹਾਨੂੰ ਇਮੀਗ੍ਰੇਸ਼ਨ ਵਾਲੇ ਨੇ ਪੁੱਛਿਆ ਕਿ ਤੁਹਾਡੇ ਕੋਲ ਫੋਟੋ ਵਗੈਰਾ ਵਿਆਹ ਤੋਂ ਪਹਿਲਾਂ ਜਾਂ ਫਿਰ ਹੋਰ ਪਿਕਚਰ ਤੁਹਾਡੇ ਇਕੱਠਿਆਂ ਦੀਆਂ ਤੁਸੀਂ ਪ੍ਰੋਸੀਡ ਕਿਉਂ ਨਹੀਂ ਕੀਤੀਆਂ ਅਫਸਰ ਸਾਹਿਬਾਨ ਨੂੰ ਕਿ ਤੁਸੀਂ ਵਿਆਹ ਤੋਂ ਪਹਿਲਾਂ ਤੁਹਾਡੀ ਲਵ ਮੈਰਿਜ ਹੋਈ ਹੈ ਤੁਸੀਂ ਇਕੱਠੇ ਰਹੇ ਹੋ ਇੰਨੇ ਸਾਲ ਸੋ ਟੈਲ ਮੀ ਯੂ ਟੈਲ ਮੀ ਵਨ ਥਿੰਗ ਯੂ ਨੋਟ ਕਿਡ ਹਾਂਜੀ ਤੁਹਾਨੂੰ ਪਿਆਰ ਕਰਨਾ ਤਾਂ ਸ਼ੁਰੂ ਕਰ ਦਿੰਦੇ ਹੋ ਪਿਆਰ ਦੇ ਵਿੱਚ ਕੁਝ ਸਿੱਖੋ ਵੀ ਜ਼ਿੰਦਗੀ ਚ ਸਰ ਦੇਖੋ ਜੀ ਜਦੋਂ ਇਹਨੇ ਪਹਿਲੀ ਵਾਰ ਫਾਈਲ ਲਾਈ ਸੀ ਨੋ ਆਮ ਟਾਕਿੰਗ ਟੂ ਯੂ ਕਿ ਤੁਹਾਡੀ ਫੋਟੋ ਕਿੱਥੇ ਗਈਆਂ ਹੋ ਕਿਹੜੇ ਪ੍ਰੋਸੀਡ ਕਿਉਂ ਨਹੀਂ ਕੀਤੀਆਂ ਤੁਹਾਡੇ ਵਿਆਹ ਦੀ ਫੋਟੋ ਹੈ ਨਹੀਂ ਤੁਹਾਡੇ ਕੋਲ ਮੈਂ ਤੁਹਾਨੂੰ ਇਹ ਕਹਿਣ ਲੱਗਿਆ ਸਰ ਦੋ ਵਾਰ ਫਾਈਲ ਆਈ ਸੀਗੀ ਦੋ ਵਾਰ ਪਹਿਲਾਂ ਏਜੰਟ ਇਹਦਾ ਸੀਗਾ ਔਰ ਫੋਟੋ ਸਾਰੀਆਂ ਲੱਗੀਆਂ ਹੋਈਆਂ ਸੀ ਇਹਦੇ ਤੋਂ ਇੱਦਾਂ ਕਰੋ ਫਾਈਲ ਮੰਗੋ ਫਾਈਲ ਵਿੱਚ ਸਰ ਤੁਹਾਨੂੰ ਆਪੇ ਹੀ ਦਿਖ ਜਾਣਗੀਆਂ ਫੋਟੋਆਂ ਮੈਂ ਸਾਰੀਆਂ ਫੋਟੋ ਲਾਈਆਂ ਹੋਈਆਂ ਸੀ ਸਾਰੇ ਝੂਠ ਕਹਿ ਰਹੀ ਹੈ ਮੈਂ ਤੁਹਾਨੂੰ ਆਪਣੀ ਫਾਈਲ ਜਿਹੜੀ ਮੇਰੀ ਤਿੰਨ ਵਾਰ ਫਾਈਲ ਲੱਗੀ ਮੈਂ ਤੁਹਾਨੂੰ ਸਾਰੀ ਭੇਜੂਗਾ ਸਭ ਕੁਛ ਉਹਦੇ ਵਿੱਚ ਹੈਗਾ ਸਰ ਇਹਦੀ ਏਜੰਟ ਨਾਲ ਗੱਲ ਹੋਈ ਹੋਈ ਸੀ ਇਹਨੇ ਮੇਰਾ ਕੇਸ ਕੰਪਲੀਕੇਟਡ ਬਣਾਤਾ ਇਹਨਾਂ ਸਰ ਮੇਨ ਸਪੋਂਸਰ ਜਿਹੜਾ ਸਪੋਂਸਰਸ਼ਿਪ ਹੁੰਦੀ ਇਨਵੀਟੇਸ਼ਨ ਲੈਟਰ ਹੁੰਦਾ ਹੈ ਸਰ ਇਹਨਾਂ ਉਹ ਲਾਇਆ ਹੀ ਨਹੀਂ ਕੇਸ ਨੋਟ 'ਚ ਸਰ ਆਮ ਲਿਖਿਆ ਹੋਇਆ ਹੁੰਦਾ ਸੀ ਮੈਂ ਵੀ ਇਨਵੀਟੇਸ਼ਨ ਲੈਟਰ ਨੋਟ ਪ੍ਰੋਵਾਈਡਡ ਲਿਖਿਆ ਹੋਇਆ ਉਹ ਹਾਂਜੀ ਸਰ ਇਹ ਪਹਿਲੀ ਵਾਰ ਜਦੋਂ ਸਪੋਂਸਰ ਕੀਤਾ ਹਾਂਜੀ ਸਰ ਜਦੋਂ ਪਹਿਲੀ ਵਾਰ ਓਕੇ ਹੋਲਡ ਔਰ ਜਸਪ੍ਰੀਤ ਇਸ ਟਰੂ ਔਰ ਨਾਟ ਇਟਸ ਟਰੂ ਬਟ ਅੰਬੈਸੀ ਨੂੰ ਪੁੱਛ ਸਕਦੇ ਆ ਆਪਾਂ ਜੇ ਕਹਿੰਦੇ ਆ ਨਾ ਕਿ ਹਾਂ ਗਲਤ ਲਾਈ ਇਨਫੋਰਮੇਸ਼ਨ ਆ ਦੈਨ ਪੁੱਛ ਸਕਦੇ ਸਰ ਪਹਿਲਾਂ ਮੈਨੂੰ ਇੱਕ ਗੱਲ ਦੱਸੋ ਤੁਸੀਂ ਫੈਸਲਾ ਕਰਵਾਉਣਾ ਸਾਡਾ ਨਹੀਂ ਨਾ ਦੇ ਵੇ ਯੂ ਟਾਕਿੰਗ ਟੂ ਮੀ ਇਜ਼ ਨਾਟ ਅਸੈਪਟੇਬਲ ਨਹੀਂ ਮੇਰੀ ਗੱਲ ਦੱਸੋ ਤੁਸੀਂ ਫੈਸਲਾ ਕਰਵਾਉਣਾ ਸਾਡਾ ਜਦ ਇਹ ਨੇ ਆਲਰੇਡੀ ਪੁਲਿਸ ਚ ਰਿਪੋਰਟ ਕਰਤੀ ਹੈ ਦੈਨ ਵਾਈ ਇੱਥੇ ਆਇਆ ਐਂਡ ਆਈ ਡੋਨਟ ਹੈਵ ਟਾਈਮ ਟੂ ਟਾਕ ਹੇਅਰ ਓਕੇ ਇਟ ਮੀਨਸ ਕਿ ਤੁਸੀਂ ਅੱਜ ਦੇ ਪ੍ਰੋਗਰਾਮ ਵਿੱਚ ਗੱਲਬਾਤ ਕਰਕੇ ਇਹ ਸਾਬਤ ਕਰ ਰਹੇ ਹੋ ਕਿ ਤੁਹਾਡਾ ਬਿਹੇਵੀਅਰ ਨਹੀਂ ਠੀਕ ਇਨਸਟੈਡ ਆਫ ਤੁਸੀਂ ਮੁੰਡੇ ਦੇ ਅਲੀਗੇਸ਼ਨ ਲਾ ਰਹੇ ਹੋ ਔਰ ਤੁਸੀਂ ਝੂਠ ਬੋਲ ਰਹੇ ਹੋ ਔਰ ਮੀਡੀਆ ਨਾਲ ਤੁਸੀਂ ਗੱਲਬਾਤ ਕਰਨ ਲੱਗੇ ਤੁਹਾਡਾ ਜਿਹੜੀ ਗੱਲਬਾਤ ਕਰਨ ਦਾ ਤਰੀਕਾ ਜਿਹੜਾ ਆ ਟੋਟਲੀ ਨੌਨਸੈਂਸ ਹੈ ਕਿ ਜੇ ਮੈਂ ਝੂਠ ਬੋਲ ਰਹੀ ਹਾਂ ਨੈਵਰ ਮਾਈਂਡ ਯੂ ਲਿਸਨ ਟੂ ਮੀ ਨਾਓ ਯੂ ਮਸਟ ਆਈ ਡੋਨਟ ਹੈਵ ਟਾਈਮ ਓਕੇ ਫਾਈਨ ਹੈਵ ਟੂ ਗੋ ਟੂ ਵਰਕ ਓਕੇ ਗੈਟ ਲੋਸਟ ਦੈਨ ਗੈਟ ਲੋਸਟ ਇਟ ਮਤਲਬ ਕਿ ਕੁੜੀ ਝੂਠ ਬੋਲ ਰਹੀ ਹੈ ਹੋਲਡ ਔਨ ਪਲੀਜ਼ ਲੈਟ ਮੀ ਡੂ ਮਾਈ ਜੋਬ ਨਾਓ ਖਾਨ ਪਲੀਜ਼ ਪੇਸ਼ੈਂਸ ਰੱਖੋ ਇਹਦਾ ਮਤਲਬ ਇਹ ਕੁੜੀ ਝੂਠ ਬੋਲ ਰਹੀ ਹੈ ਕਿ ਹੁਣ ਤੁਸੀਂ ਕਰ ਟੋਟਲੀ ਚੇਂਜ ਹੋ ਗਈ ਇਕਦਮ ਮੇਰੀ ਗੱਲ ਸੁਣਦਾ ਬੜੇ ਪਿਆਰ ਨਾਲ ਗੱਲ ਸੁਣੀ ਆ ਤਾਂ ਹੁਣ ਮੇਰੇ ਇੰਨੀ ਰੂਡ ਹੈ ਸ਼ੀ ਇਜ਼ ਵੈਰੀ ਐਰੋਗੈਂਟ ਤੁਸੀਂ ਇੱਥੇ ਕੇਸ ਕਰ ਚੁੱਕੇ ਹੋ ਹਾਂਜੀ ਸਰ ਇਹਨਾਂ ਨੇ ਸਰ ਮੈਂ ਤੁਹਾਨੂੰ ਦੱਸਦਾ ਮੇਰੇ ਸਵਾਲ ਜੋ ਮੇਰੇ ਸਵਾਲ ਦਾ ਜਵਾਬ ਦਿਓ ਤੁਸੀਂ ਕੇਸ ਕਰਤਾ ਪੁਲਿਸ ਕੋਲ ਜਾਂ ਨਹੀਂ ਹਾਂਜੀ ਸਰ ਮੇਰੀ ਐਪਲੀਕੇਸ਼ਨ ਰਜਿਸਟਰਡ ਹੋ ਗਈ ਹੈ ਨਹੀਂ ਰਜਿਸਟਰ ਦਾ ਮਾਤਰ ਕੀ 420 ਦਾ ਕੇਸ ਹੋ ਗਿਆ ਜਾਂ ਨਹੀਂ ਹੋਇਆ ਹਾਂ ਨਹੀਂ ਹੋਇਆ ਸਰ ਤਾਂ ਫਿਰ ਕਿਸੇ ਵਿੱਚ ਕੇਸ ਕਿਵੇਂ ਰਜਿਸਟਰ ਹੋ ਗਿਆ ਫਿਰ ਨਹੀਂ ਉਹ ਤਾਂ ਐਪਲੀਕੇਸ਼ਨ ਹੁੰਦੀ ਹੈ ਸਰ ਬਿਆਨ ਲਿਖੋ ਹੀ ਨਹੀਂ ਹਜੇ ਤਾਂ ਬਸ ਰਜਿਸਟਰ ਤਾਂ ਕਰਨੀ ਉਹ ਵੀ ਫੈਸਲਾ ਕਹਿੰਦੇ ਆ ਵੀ ਤੁਸੀਂ ਮੈਂ ਸਵਾਲ ਜੋ ਮੈਂ ਕਰ ਰਿਹਾ ਮੇਰਾ ਜਵਾਬ ਦਿਓ ਤੁਸੀਂ ਹਾਲੇ ਤਾਈਂ ਤੁਹਾਡਾ ਕੇਸ ਰਜਿਸਟਰ ਹੋਇਆ ਜਾਂ ਨਹੀਂ ਹੋਇਆ ਨੋ ਸਰ ਓਕੇ ਸੋ ਵਾਈ ਯੂ ਟੈਲ ਮੀ ਜੈਸ ਤੁਸੀਂ ਕੀ ਕਰੋ ਪੁਲਿਸ ਨੂੰ ਜਾ ਕੇ ਕੇਸ ਦਿਓ ਪ੍ਰੂਫ ਦਿਓ ਕਿ ਇੰਨੇ ਪੈਸੇ ਲਾਏ ਤੇ ਜਾ ਕੇ ਮੁੱਕਰ ਗਈ ਹੈ ਤੇ 420 ਦਾ ਕੇਸ ਕਰ ਦਿਓ ਹਾਂਜੀ ਸਰ ਇਹਨਾਂ ਨੇ ਮੇਰੀ ਇੱਕ ਥੋੜੀ ਗੱਲ ਸੁਣੋਗੇ ਨਾ ਨਾ ਤੁਸੀਂ ਮੇਰੀ ਗੱਲ ਸੁਣ ਜੋ ਮੈਂ ਤੁਹਾਨੂੰ ਕਹਿ ਰਿਹਾ ਮੈਂ ਟਾਈਮ ਨਹੀਂ ਨਾ ਗੱਲ ਸੁਣਦਾ ਕਿਉਂਕਿ ਬੇਫਜ਼ੂਲ ਗੱਲਾਂ ਕਰਨਾ ਫਾਇਦਾ ਨਹੀਂ ਪਹਿਲੀ ਗੱਲ ਤਾਂ ਤੇਰੀ ਵਾਈਫ 100% ਝੂਠ ਬੋਲ ਰਹੀ ਹੈ ਜਦੋਂ ਮੈਂ ਗੱਲ ਪੁੱਛਿਆ ਉਹ ਕਿ ਤੁਸੀਂ ਸਾਡਾ ਰਾਜੀਨਾਮਾ ਕਰਾਉਣਾ ਚਾਹੁੰਦੇ ਹੋ
ਉਹ ਤੋਂ ਬਾਅਦ ਕਹਿ ਰਹੀ ਹੈ ਕੁੜੀ ਕਿ ਐਰੋਗੈਂਟ ਹੈ, ਇੰਨੀ ਐਰੋਗੈਂਟ ਹੈ, ਸ਼ੀ ਇਜ਼ ਦੈਟ ਇਡੀਅਟ ਗਰਲ ਹੈ ਇਹ, ਇੰਨੀ ਬੇਵਕੂਫ ਕੁੜੀ ਹੈ ਜਿਹਨੂੰ ਮੈਨਰਸ ਨਹੀਂ ਗੱਲ ਕਰਨ ਦੇ, ਮੁਰ ਗੱਲ ਦਾ ਤਰੀਕਾ ਕਿਵੇਂ ਕਰਦੀ ਹੈ ਇਹ, ਸ਼ੀ ਡੋਂਟ ਹੈਵ ਮੈਨਰਸ। ਜਗਤਾਰ ਜੀ ਲਾਈਨ ਤੇ ਨੇ ਜੀ, ਲੜਕੀ ਦੇ ਪਿਤਾ ਜੀ। ਹਾਂ, ਅਸੀਂ ਇੱਥੇ, ਤੁਸੀਂ ਕੇਸ ਕਰੋ, ਅਸੀਂ ਪੁਲਿਸ ਨੂੰ ਇਨਫੋਰਮ ਕਰਦੇ ਹਾਂ ਕਿ ਇਹ ਚਾਰ ਸੌ ਵੀ ਦਾ ਕੇਸ ਹੈ, ਇਹਦੇ ਫਾਦਰ ਤੇ, ਇਹਦੀ ਮਦਰ ਤੇ, ਕੇਸ ਰਜਿਸਟਰ ਕਰਾ ਕੇ। ਜੀ ਸਰ, ਇੱਥੇ ਸਰ ਮੇਰੀ ਕੇ ਹੈਲਪ, ਜੋ ਮੈਂ ਤੁਹਾਨੂੰ ਕਹਿ ਰਿਹਾ ਮੇਰੀ ਗੱਲ ਸੁਣ, ਲਿਸਨ ਟੂ ਮੀ, ਤੁਸੀਂ ਜਾਓ ਕੇਸ ਰਜਿਸਟਰ ਕਰਾਓ, ਔਰ ਉਸ ਤੋਂ ਬਾਅਦ ਅਸੀਂ ਸੀ ਬੀ ਐਸ ਸੀ ਨੂੰ ਤੁਹਾਨੂੰ ਦਿੰਦੇ, ਤੁਸੀਂ ਇੱਕ ਵਿਕਟਮ ਹੋ, ਇੱਕ ਆਪਣੇ ਜਿਹੜਾ ਏਜੰਟ ਤੁਹਾਡਾ ਕੰਸਲਟੈਂਟ ਹੈ ਉਹਦੇ ਰਾਹੀਂ ਇੱਕ ਲੈਟਰ ਭੇਜ ਦਿਓ ਅੱਜ ਜਾਂ ਕੱਲ੍ਹ ਰਾਤ ਨੂੰ, ਮਤਲਬ ਰਾਤ ਇਨਸੈਂਸ ਕੇ ਕੱਲ ਸਵੇਰ ਨੂੰ ਇੱਕ ਲੈਟਰ ਡਰਾਫਟ ਕਰਕੇ ਭੇਜ ਦਿਓ ਕਿ ਮੈਨੂੰ ਫਰੋਡ ਕੀਤਾ ਹੈ, ਤਾਂ ਇਹ ਨਾਲ ਭੇਜ ਦਿਓ ਪੁਲਿਸ ਦੀ ਰਿਪੋਰਟ ਭੇਜ ਦਿਓ ਕਿ ਅਸੀਂ ਰਿਪੋਰਟ ਕਰ ਚੁੱਕੇ ਹਾਂ ਕਿ ਫਰੋਡ ਹੈ, ਤੇ ਉਹਦੇ ਨਾਲ ਇਹਨੂੰ ਪੁਲਿਸ ਸਕ੍ਰੀਨਲੈਸ ਸਰਟੀਫਿਕੇਟ ਨਹੀਂ ਮਿਲਣਾ ਤੇ ਇਹਨੂੰ ਇਮੀਗ੍ਰੇਸ਼ਨ ਨਹੀਂ ਮਿਲਣੀ ਸਾਰੀ ਲਾਈਫ, ਕਿ ਤੁਹਾਡੇ ਨਾਲ ਫਰੋਡ ਕੀਤਾ ਹੈ। ਤੁਹਾਡੇ ਵਿਆਹ ਦੀਆਂ ਫੋਟੋਆਂ, ਤੁਹਾਡੇ ਮੈਰਿਜ ਰਜਿਸਟਰ ਹੋਈ ਹੈ ਤੁਹਾਡੀ? ਹਾਂਜੀ ਸਰ, ਸਭ ਕੁਝ ਹੈ ਉਹਦੇ ਪਾਸਪੋਰਟ ਤੇ ਮੇਰਾ। ਜੋ ਮੈਂ ਕਹਿ ਰਿਹਾ, ਜੋ ਮੈਂ ਕਹਿੰਦਾ ਉਹ ਮੈਨੂੰ ਉਹਦਾ ਜਵਾਬ ਦੇ। ਹਾਂਜੀ ਸਰ, ਰਜਿਸਟਰਡ ਹੈ ਮੈਰਿਜ। ਓਕੇ ਫਾਈਨ, ਉਸ ਤੋਂ ਬਾਅਦ ਪਾਸਪੋਰਟ ਤੇ ਨਾਂ ਲਿਖਿਆ ਹੋਇਆ? ਹਾਂਜੀ ਸਰ। ਓਕੇ ਫਾਈਨ, ਇਹ ਸਾਰੇ ਡਾਕੂਮੈਂਟ ਜਿਹੜੇ ਨੇ ਅਟੈਚ ਕਰਕੇ ਸੀ ਬੀ ਐਸ ਸੀ ਨੂੰ ਭੇਜ ਦੇ, ਨਾਲੇ ਆਰ ਸੀ ਐਮ ਪੀ ਨੂੰ ਭੇਜ ਦੇ। ਠੀਕ ਹੈ ਨਾ? ਤਾਂ ਇਹਨਾਂ ਇਹ ਚਾਰਜ ਹੋ ਗਈ, ਇਹ ਕਿਵੇਂ ਗੱਲ ਕਰਦੀ ਕੁੜੀ, ਇਹ ਮੈਨਰਸ ਜਿਹੜੇ ਨੇ ਇੱਕ ਨੂੰ ਸਕਾਲੂਗਾ, ਇਹ ਫਰੋਡ ਕਰਦੇ ਇੱਥੇ, ਤੁਸੀਂ ਇਸ ਕੈਨੇਡਾ ਵਿੱਚ ਆਣ ਕੇ ਇਮੀਗ੍ਰੇਸ਼ਨ ਲੈਣ ਦੀ ਗੱਲ ਫਰੋਡ ਕਰ ਰਹੀ ਹੈ ਇਹ। ਹਾਂਜੀ ਸਰ, ਇਹ ਬਹੁਤ ਵੱਡਾ ਫਰੋਡ ਹੈ, ਫਰੋਡ ਦੇ ਤਹਿਤ ਇੱਥੇ ਚਾਰਜ ਸ਼ੀਟ ਜਿਹੜੀ ਹੈ ਇੱਥੋਂ ਦੀ ਪੁਲਿਸ ਨਹੀਂ ਲਾਉਣੀ, ਮੈਂ ਨਹੀਂ ਲਾਉਣੀ, ਪੁਲਿਸ ਇੱਥੇ ਐਕਸ਼ਨ ਲਊਗੀ। ਹਾਂਜੀ ਸਰ, ਸਾਰੇ ਫੋਟੋ ਜਿਹੜੀ ਹੈ ਡਿਸਪਲੇ ਕਰ ਦਿਓ ਟੋਟਲੀ, ਜਿਹੜੀ ਹੈ ਸ਼ੋ ਕਰ ਦਿਓ ਰਾਈਟ ਵੇ, ਕਿਉਂਕਿ ਇਹਨੇ ਫਰੋਡ ਕੀਤਾ, ਪੁਲਿਸ ਕੋਲ ਆਲਰੇਡੀ ਕੇਸ ਦਰਜ ਹੈ, ਪੁਲਿਸ ਨੇ ਆਲਰੇਡੀ ਕੰਪਲੇਂਟ ਕਰ ਦਿੱਤੀ ਹੈ, ਉਹਨਾਂ ਨੇ ਚਾਰਜਸ ਜਿਹੜੇ ਆ ਪੈਂਡਿੰਗ ਪਏ ਨੇ ਔਰ ਚਾਰਜਸ ਲਾਉਣ ਨੂੰ। ਸਰ ਸਭ ਟੇਕ ਐਕਸ਼ਨ ਕੁਇਕ ਪਲੀਜ਼, ਇਹਨਾਂ ਦੀ ਲੜਕੀ ਦੀ ਤਸਵੀਰ ਜਿਹੜੀ ਹੈ ਸ਼ੋ ਕਰ ਦਿਓ ਟੋਟਲੀ, ਕੁੜੀ ਦੇ ਮਾਂ ਬਾਪ ਦੀ ਫੋਟੋ ਲਾ ਦਿਓ, ਕਿਉਂਕਿ ਇਹਨਾਂ ਨੇ ਫਰੋਡ ਕੀਤਾ ਆ ਅਸ਼ਵਿਨ ਖਾਨ ਨਾਲ, ਜਿਹੜੀ ਕਿ ਉਹਨਾਂ ਨੇ ਰਿਪੋਰਟ, ਤੁਸੀਂ ਆਪਣੀ ਰਿਪੋਰਟ ਦੇ ਵਿੱਚ ਦਿੱਤਾ ਆ ਕੁੜੀ ਦਾ ਮਾਂ ਅਤੇ ਬਾਪ ਦਾ ਨਾਂ? ਹਾਂਜੀ ਸਰ, ਇਹਦੇ ਬ੍ਰਦਰ ਦਾ ਵੀ ਦਿੱਤਾ ਹੋਇਆ ਹੈ। ਓਕੇ ਫਾਈਨ, ਠੀਕ ਹੈ, ਲਾਈਨ ਤੇ ਕੌਣ? ਲੜਕੀ ਦੇ ਬਾਪ ਨੇ? ਓਕੇ, ਇਹਨਾਂ ਲੜਕੀ ਦੇ ਬਾਪ ਦੀ। ਜਗਤਾਰ ਸਿੰਘ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਰ, ਮੈਂ ਇਹਨਾਂ ਦਾ ਬੇਟਾ ਬੋਲ ਰਿਹਾ ਜੀ, ਇਕਬਾਲ। ਤੁਸੀਂ ਜਗਤਾਰ ਨਹੀਂ ਬੋਲ ਰਹੇ, ਤੁਸੀਂ ਜਸਪ੍ਰੀਤ ਦੇ ਬ੍ਰਦਰ ਹੋ? ਹਾਂਜੀ ਸਰ, ਮੈਂ ਉਹਦਾ ਬ੍ਰਦਰ ਹਾਂ ਜੀ। ਕੀ ਨਾਮ ਤੁਹਾਡਾ? ਮੇਰਾ ਨਾਮ ਇਕਬਾਲ ਹੈ ਸਰ। ਇਕਬਾਲ, ਮਿਸਟਰ ਅਸ਼ਵਿਨ, ਅਸ਼ਵਿਨ ਖਾਨ ਇਹ ਉਹੀ ਭਰਾ ਹੈ ਜਿਹਦੇ ਭਰਾ ਦੇ ਵਿਆਹ ਆਪਣੇ ਬਾਰਡੇ ਤੁਸੀਂ ਚੰਡੀਗੜ੍ਹ ਘੁੰਮਣ ਗਏ ਸੀ? ਹਾਂਜੀ ਹਾਂਜੀ ਸਰ, ਇਕਬਾਲ ਮੁਹੰਮਦ। ਇਹ ਗੱਲਬਾਤ ਕਰ ਰਹੇ ਤੁਹਾਡੇ ਨਾਲ? ਨਹੀਂ ਸਰ, ਕੋਈ ਨਹੀਂ ਗੱਲ ਕਰਦਾ ਜੀ। ਇਕਬਾਲ ਜੀ, ਤੁਹਾਡੇ ਤੇ ਕੇਸ ਦਰਜ ਕਰਨ ਜਾ ਰਹੇ ਨੇ ਇਹ ਪਰਿਵਾਰਕ, ਤੁਹਾਡੀ ਸਿਸਟਰ ਨੇ ਫਰੋਡ ਕੀਤਾ, ਤੁਸੀਂ ਪੈਸੇ ਲਵਾ ਕੇ ਕੁੜੀ ਭੇਜ ਕੇ ਕੁੜੀ ਨੇ ਜਵਾਬ ਦਿੱਤਾ ਆ। ਅੱਛਾ ਸਰ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪ ਜੀ? ਸਰ, ਪਹਿਲੀ ਗੱਲ ਤਾਂ ਜੀ, ਸਾਡੀ ਕੁੜੀ ਨੇ ਜਵਾਬ ਨਹੀਂ ਦਿੱਤਾ, ਇਹਨੂੰ ਫਾਈਨ ਲਗਾਉਣ ਲਈ ਕਿਹਾ ਗਿਆ ਸੀ, ਇਹਦੇ ਸਾਰੇ ਡਾਕੂਮੈਂਟ ਕੁੜੀ ਤੇ ਜਰੂਰ ਤਿਆਰ ਸੀ, ਇਹਨੇ ਝਗੜਾ ਬੁਲਾਇਆ ਜੀ। ਦੂਜੀ ਗੱਲ, ਇਹਦੇ ਪਰਿਵਾਰ ਨਾਲ ਸਾਡੇ ਵੱਲੋਂ ਗੱਲਬਾਤ ਕੀਤੀ ਸੀ, ਸਾਡੇ ਵੱਲੋਂ ਬੰਦਾ ਭੇਜਿਆ ਗਿਆ, ਇਹਨਾਂ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਫੈਸਲਾ ਕਰਨਾ, ਅਸੀਂ ਉਸ ਚੀਜ਼ ਦੀ ਵੇਟ ਕਰਦੇ ਹਾਂ। ਬ੍ਰਦਰ ਦੀ ਪਿਕਚਰ ਹੈ, ਜਵਾਬ ਨਹੀਂ ਦਿੱਤਾ, ਲਾਓ ਨਾ ਫਿਰ ਤੁਸੀਂ ਪਲੀਜ਼। ਹਾਂਜੀ ਸਰ, ਮੈਂ ਬ੍ਰਦਰ ਦੀ ਪਿਕਚਰ ਸੈਂਡ ਕਰਦਾ ਜੀ, ਇੱਕ ਮਿੰਟ। ਓਕੇ, ਆਲਰਾਈਟ, ਫਿਰ ਬੋਲੋ ਇਕਬਾਲ। ਗੱਲ ਤੁਹਾਡੀ ਜਿਹੜੀ ਸਿਸਟਰ ਹੈ ਉਹਨੂੰ ਬਿਲਕੁਲ ਬੋਲਣ ਦੀ ਤਹਿਜ਼ੀਬ ਨਹੀਂ ਹੈ, ਜਦੋਂ ਸਾਡੇ ਨਾਲ ਗੱਲਬਾਤ ਕੀਤੀ ਹੈ ਤੁਹਾਡੀ ਸਿਸਟਰ ਨੇ, ਉਹ ਬਿਲਕੁਲ ਮੈਨਰਸ ਨਹੀਂ ਹੈ, ਉਹਨੂੰ ਅਕਲ ਨਹੀਂ ਸਿਖਾਲੀ ਕਿ ਕਿਵੇਂ ਕਿਸ ਤਰ੍ਹਾਂ ਗੱਲ ਕਰੀਦੀ ਹੈ। ਤੁਹਾਡੀ ਗੱਲ ਹੋਈ ਹੈ, ਮੈਂ ਇੱਦਾਂ ਪੁੱਛਣਾ ਸੀ। ਮੇਰੀ ਹੁਣ ਗੱਲ ਹੋਈ ਆ, ਮੈਂ ਗੱਲ ਬੜੀ ਧਿਆਨ ਨਾਲ ਸੁਣੀ ਆ, ਉਸ ਤੋਂ ਬਾਅਦ ਤੁਹਾਡੀ ਸਿਸਟਰ ਨੇ ਇੱਕਦਮ ਟਵਿਸਟ ਕਰ ਗਈ ਆਪਣੀ ਆਵਾਜ਼ ਟਿਊਨ ਦੇ ਵਿੱਚ, ਉਹਨੇ ਐਡੀ ਛੇਤੀ ਪਰਿਵਰਤਨ ਲੈ ਕੇ ਆਉਂਦਾ, ਉਹਨੂੰ ਸਮਝ ਨਹੀਂ ਕਿਵੇਂ ਕਿਸ ਤਰ੍ਹਾਂ ਇੱਕ ਮੀਡੀਆ ਵਾਲੇ ਨਾਲ ਗੱਲ ਕਰੀ ਦੀ ਆ, ਤੁਸੀਂ ਉਹਨੂੰ ਇਹ ਸਿਖਾਲਿਆ ਆਪਣੀ ਸਿਸਟਰ ਨੂੰ? ਤੇ ਤੁਹਾਨੂੰ ਦੱਸਿਆ ਨੀ ਸਾਡੇ ਸਟਾਫ ਨੇ ਕਿੱਥੋਂ ਬੋਲ ਰਹੇ ਆ? ਕੁੜੀ ਦੀ ਗੱਲ ਕਰਨ ਦਾ ਤਰੀਕਾ ਪਹਿਲਾਂ ਕਿਹੋ ਜਿਹਾ ਸੀ? ਜਦ ਮੈਂ ਸਵਾਲ ਪੁੱਛੇ ਤਾਂ ਉਸ ਵੇਲੇ ਕੁੜੀ ਨੇ ਬਿਲਕੁਲ ਟਵਿਸਟ ਕਰ ਲਿਆ ਆਪਣੇ ਆਪ ਨੂੰ। ਸੋ ਲੜਕੀਆਂ, ਓਕੇ ਫਾਈਨ, ਲੜਕੀਆਂ ਇੱਥੇ ਆਣ ਕੇ ਇਹੋ ਜਿਹੀਆਂ ਨੌਨਸੈਂਸ ਗੱਲਾਂ ਕਰਦੀਆਂ ਨੇ,
इस तरह घर बर्बाद कर दियां ने, शादी ने बर्बाद ही कर दियां ने, कैनेडा आ जांदियां ने उस तो बाद मुकर जांदियां ने, ਇਹ ਕੀ ਕਰਦੀਆਂ ਨੇ? ਇਹ ਸਪਾਂਸਰ ਜ਼ਰੂਰ ਕਰ ਦਿੰਦੀਆਂ, ਪਰ ਸਪਾਂਸਰ ਕਰਨ ਵੇਲੇ ਜਿਹੜੇ ਡਾਕੂਆ ਉਹ ਪ੍ਰੋਪਰ ਸਮਵਨ, ਹਾਊ ਯੂ ਕੈਨ ਜੱਜ ਦੈਟ ਸਮਵਨ ਇਜ਼ ਡਿਨਾਈਂਗ ਟੂ ਕਾਲ ਦਮ ਇਨ ਕੈਨੇਡਾ? ਐਕਸਕਿਊਜ਼ ਮੀ, ਆਈ ਐਮ ਨਾਟ ਟਾਕਿੰਗ ਟੂ ਯੂ, ਜਸਟ ਬੀ ਕੁਆਇਟ। ਨੋ ਸਰ, ਯੂ ਆਰ ਟਾਕਿੰਗ ਅਬਾਊਟ, ਐਕਸਕਿਊਜ਼ ਮੀ, ਆਈ ਐਮ ਟਾਕਿੰਗ ਨਾਟ ਟੂ ਯੂ ਨਾਓ, ਹੋਲਡ ਔਨ, ਹੋਲਡ ਯੋਰ ਹਾਰਸ, ਯੂ ਆਰ ਟਾਕਿੰਗ ਅਬਾਊਟ, ਐਕਸਕਿਊਜ਼ ਮੀ, ਸ਼ਟ ਅਪ, ਗੈਟ ਲੋਸਟ, ਆਈ ਐਮ ਨਾਟ ਟਾਕਿੰਗ ਟੂ ਯੂ। फ्रॉड कर दे हो, एक सानू कह रहे हो गलत तरीके नहीं कर रहे, और दूजे पास थोड़े को मैनर्स नहीं है, तुसीं फ्रॉड किया है, और लड़की ने पैसे लवाए है, उस तो बाद जान के स्पॉन्सर करके गलत डॉक्यूमेंट प्रोसीड किए हैं, और प्रॉपर डॉक्यूमेंट जोड़े अटैच नहीं किए गए। सो यही कारण है कि लड़कियां जान के आन के कैनेडा जो स्पॉन्सर कर दें, पहले कर दें, जो कर दें आया तो यह इन शतान है, इन्होंने पता है कि असी किमें किस तरह इन्होंने रिफ्यूज करवा केस में किमें रिजैक्ट करवा है, तो यह फिर डॉक्यूमेंट वो लादिया नहीं गिया, तो अपने आप केस जो रिफ्यूज हो जाए। दैट्स रीजन मुंडे वाद रोते ने स्पोंसर कर देंगे आ मुर कहते किए आ, पर जो डॉक्यूमेंट चाहिए स्पोंसर वेले स्पोंसरशिप वेले अटैच नहीं कर दिया। मेन इशू यह आ रहा कि इन शतान ने और अपने आप वकील ने और इस शायद महसूस करते हैं कि सू कुछ पता नहीं है। सो यह बढ़ रहा फ्रॉड, इन्हें रोकना कि नहीं आ, असर पब्लिक अपील लैनी चाहेंगे। पब्लिक अपील जी तुम कुड़ी भी सुन चुके हो और कुड़ी भरा भी सुन चुके हो, कुड़ी पे ने गल करने तो जवाब देता है, आप सू कॉल करो, आई थिंक दिस इनफ, असी इस स्टोरी में प्रोसीड कर सकते हैं। मिस्टर खान, कल सवेर तुम इतने कोर्ट के जाके इन्हें मुकदमा करो, सिविल कोर्ट करो, एक पुलिस को केस दो। सर एक गल कहनी चाहूंगा मैं, जो मैं कह रहा पहले वो सुनो तुम। जी सर जी, तुम जो मैं कह रहा उस फॉलो करो। जी सर, पुलिस की जॉब है, पुलिस ने इन्होंने चार्ज करना, असं नहीं चार्ज करना, असं कैनेडा च बैठे हाँ, तुम विक्टम हो, तुम एक लैटर भेजो इतने सीबीएसई नू, राइट, सो वो जोड़ा वो एक्शन लेंगे। फिर तुम अपने फोटो भेजो, ब्याह दियाँ मैरिज सर्टिफिकेट और पासपोर्ट फोटो कापी जी है जो इन्होंने स्पोंसर किए आ, और स्पोंसर करने की थानू जो भी रिफ्यूजल लैटर आया, रिफ्यूजल लैटर से रीजन दिता जाता वो ना अटैच कर दो, नाल एक एफिडेविट लिखो कि रीजन ए आ कि रिफ्यूज करन दा इस कुड़ी ने नोइंगली इस सब कुछ कीता है। जी ते नाल ही अपडेट कर दिए साडे स्पोंसर ने जी चन्नी जी पेल स्ट्रक ड्राइविंग स्कूल तो कहिंदे तुहाडे केस ते जिन्ना भी खर्चा होगा उन्हां दी कंपनी पे करेगी। ठीक है सर, थानू वकील जिहड़ा है चाहिदा है, साडे इत्थे कंपनी इक बहुत वड्डी ट्रकिंग इंडस्ट्री, ओह पे करेगी। ठीक है सर।